ਓਹੋ, ਡਿਊਟੀ ਤਾਂ ਲੈ ਲਾ ਦਿੰਦੇ ਹੈਗੇ ਪਿੰਡਾਂ ਚ। ਪਿੰਡਾਂ ਚ ਮੁੜ ਕੇ ਕਮਰਾ ਨੀ ਮਿਲਦਾ ਰਹਿਣ ਨੂੰ। ਕਿੰਨੇ ਘਰਾਂ ਦੇ ਜਾਇਆ ਸੀ, ਕਿਸੇ ਦੇ ਕਮਰਾ ਨੀ ਮਿਲਿਆ। ਹੁਣ ਕਿਹੜੀ ਗਲੀ ਜਾਵਾਂ, ਇੱਧਰ ਜਾਵਾਂ ਕਿ ਇੱਧਰ ਜਾਵਾਂ, ਕਿ ਕੋਈ ਮਿਲੀ ਜਾਵੇ। ਕਿਵੇਂ ਬੈਗ ਚੱਕਿਆ ਭੈਣੇ? ਬੈਗ ਤਾਂ ਜੀ ਮੈਂ ਤਾਂ ਕਮਰਾ ਭਾਲਦੀ ਸੀ ਕਿਰਾਏ ਤੇ। ਅੱਛਾ, ਹਾਂ, ਕਾਹਦੇ ਵਾਲੀ ਤੂੰ? ਮੈਂ ਤਾਂ ਮੈਡਮ ਆ ਜੀ, ਅੱਛਾ ਡਾਕਟਰ ਨਹੀਂ ਆ ਮੈਡਮ। ਡਾਕਟਰ ਨਹੀਂ ਆ? ਹਾਂਜੀ। ਕੀ ਕਰਦੇ ਫਿਰ ਤੁਸੀਂ, ਕਿਵੇਂ ਪੁੱਛਦੇ ਸੀ? ਟੀਕੇ ਤਾਂ ਲੈ ਲਾਉਣੀ ਆ? ਹਾਂਜੀ ਹਾਂ, ਅੱਛਾ ਸਾਡੀ ਤਾਂ ਜੀ ਡਿਊਟੀ ਲੱਗੀ ਹੋਈ ਆ ਮਲੇਰੀਏ ਕਰਕੇ। ਅੱਛਾ ਅੱਛਾ ਹਾਂਜੀ, ਕਮਰਾ ਭਾਲਦੀ ਆ? ਹਾਂਜੀ। ਅੱਛਾ, ਕੋਈ ਹੈਗਾ ਵੀ ਬਿੰਨੀਆਂ ਚ ਤੁਹਾਡੇ? ਦੇਖ ਲੈਣੇ ਹੈਗੇ, ਆ ਜਾ। ਕਿਹੜਾ ਘਰ ਆ ਜੀ ਮਾਤਾ ਤੁਹਾਡਾ? ਆਪਣਾ ਤਾਂ ਆਹੀ ਆ। ਅੱਛਾ ਜੀ, ਹਾਂ ਮਾਤਾ ਜੀ ਮੈਂ ਤਾਂ ਨਾ ਕਮਰਾ ਭਾਲਦੀ ਸੀ ਕਿਰਾਏ ਤੇ। ਜੇ ਤਾਂ ਕਮਰਾ ਮਿਲੂਗਾ ਦੇਖੋ ਫਿਰ ਤਾਂ ਮੈਂ ਅੰਦਰ ਆਵਾਂ ਤੁਹਾਡੇ ਨਾਲ, ਅੰਦਰ ਜਾਵਾਂ ਵੀ। ਤੇ ਜੇ ਨਹੀਂ ਹੈਗਾ ਤਾਂ ਮੈਂ ਅੱਗੇ ਟੱਪਦੀ। ਮੈਂ ਤਾਂ ਅੱਗੇ ਕਈ ਘਰਾਂ ਦੇ ਗੇੜੇ ਲਾਏ ਜੀ। ਨਾ, ਕਮਰਾ ਮਿਲ ਜੂਗਾ ਤੈਨੂੰ, ਮੁੰਡਾ ਮੇਰਾ ਮੁਲਾਜ਼ਮ ਆ ਸੀ ਤੇ ਉਹਨੇ ਮਾਵਾਂ ਧੀਆਂ ਰਹਿੰਦੀਆਂ। ਅੱਛਾ ਜੀ, ਹਾਂ ਚਲੋ ਜੀ ਫਿਰ, ਕਮਰਾ ਚਲ ਠੀਕ ਹੈ ਬੇਟੀ। ਮੈਂ ਤਾਂ ਨਾ ਪੈਸੇ ਪੈਸੇ ਨਾ ਭਾਜ ਜੱਟ ਜੀ ਫਿਰ ਆਪਣਾ। ਪੈਸੇ ਤਾਂ ਜੀ ਦੇਖ ਤੁਸੀਂ ਦੱਸੋਗੇ ਕਮਰੇ ਦੇ ਵੀ ਕਿੰਨਾ ਲਾਉਂਗੇ ਕਿਰਾਇਆ। ਮੈਂ ਤਾਂ ਕਿਰਾਏ ਤੇ ਲੈਣਾ ਮਾਤਾ। ਪਹਿਲਾਂ ਵੀ ਲੈਂਦੀ ਰਹਿੰਦੀ ਹੋਵੇਗੀ ਕਮਰੇ ਤੇ? ਹਾਂ ਲੈਂਦੀ ਰਹਿੰਦੀ ਆ ਜੀ, ਕਿਤੇ 2000 ਕਿਤੇ 3000 ਕਿਤੇ 4000, ਬਸ ਆਹੀ ਰੇਟ ਚੱਲਦਾ ਜੀ। ਤੁਸੀਂ ਬਾਕੀ ਤੁਸੀਂ ਦੱਸ ਦਿਓ। ਆ ਜਾ, ਦੱਸ ਦਿਆਂਗੇ ਨਾ ਕਿਰਾਇਆ ਤੂੰ ਦਿੰਨੀ ਆ ਫਿਰ ਪਹਿਲਾਂ, ਉਹ ਤਾਂ 400 ਵੱਧੇ ਵੀ। ਮਾਤਾ ਦੇਖ ਲਾਂਗੇ ਕੋਈ ਗੱਲ ਨੀ। ਮੈਨੂੰ ਤਾਂ ਕਮਰੇ ਹੀ ਨੀ ਮਿਲਿਆ ਜੀ ਵਧੀਆ। ਮਸਾਂ ਕਮਰੇ ਨੂੰ ਤੁਸੀਂ ਹਾਂ ਤਾਂ ਕੀਤੀ ਹੈ, ਕੋਈ ਗੱਲ ਨੀ ਮੈਂ ਤੁਹਾਨੂੰ 5 ਦੇ ਦੂੰਗੀ। 5000? ਹਾਂ, ਜਦੋਂ ਦਵਾਈ ਬੂਟੀ ਸਾਨੂੰ ਫ੍ਰੀ ਦੇ ਦਿਆ ਕਰੀ। ਦਵਾਈ ਬੂਟੀ ਤਾਂ ਮਾਤਾ ਜੀ ਦੇਖ ਪੈਸੇ ਲੱਗਣਗੇ, ਉਹ ਤੁਹਾਡੇ ਕਿਰਾਏ ਚ ਕੱਟੇ ਜਾਣਗੇ ਜਿਹੜੀ ਤੁਸੀਂ ਦਵਾਈ ਲਾਓਗੇ ਮੇਰੇ ਤੋਂ। ਮਾੜੀ ਮੋਟੀ ਸਸਤੀ ਦਾ ਰੇਟ ਤਾਂ ਕਰ ਦਿਆ ਕਰੇਗੀ ਪਿੰਡ ਦਾ ਰਿਆਤ। ਚਲ ਕੋਈ ਨੀ, ਤਾਂ ਤੁਸੀਂ ਮੇਰੇ ਮਾਮਾ ਵਰਗੇ ਹੋ, ਤੁਹਾਡੇ ਤਾਂ ਮੈਂ ਰਿਆਤ ਹੀ ਲਾ ਦਿਆ ਕਰੂੰਗੀ। ਆਹੋ, ਕੀ ਹੈ ਫਿਰ, ਮੇਰਾ ਤਾਂ ਇਹੋ ਜਿਹਾ ਸੁਭਾਅ, ਦਵਾਈ ਲੈਣੇ ਨੀ ਹਟਦੀ। ਮੈਂ ਕਿਤੇ ਕਿਰਾਏ ਵਾਲੇ ਪੈਸੇ ਪੂਰੇ ਹੋ ਜਾ ਕਰਨ ਦਵਾਈਆਂ ਚ। ਨਹੀਂ ਨਹੀਂ ਮਾਤਾ, ਇੰਨੀ ਕਿੰਨੀ ਕੁ ਦਵਾਈ ਖਾ ਜਾਓਗੇ ਮਾਤਾ ਜੀ? ਤੁਹਾਡੇ ਕੋਈ ਹੈ ਨੀ ਘਰੇ ਨੂੰਹ ਪੁੱਤ ਕੋਈ? ਪੁੱਤ ਤਾਂ ਮੈਂ ਦੱਸਿਆ ਵੀ ਮੁਲਾਜ਼ਮ ਲੱਗਾ। ਅੱਛਾ ਜੀ, ਤੇ ਧੀ ਮੇਰੀ ਇੱਥੇ ਫਿਰਦੀ ਹੋਊਗੀ ਕਿਤੇ ਬਾਹਰ ਅੰਦਰ? ਅੱਛਾ ਜੀ, ਪਾਣੀ ਪੀਣਾ ਤਾਂ? ਹਾਂਜੀ ਪਾਣੀ ਪੀਣਾ ਸੀ। ਪਾਣੀ ਲਿਆ ਲੈਣੀ ਆ? ਚਲ ਤੁਸੀਂ ਲੈ ਲਓ ਮਾਤਾ ਜੀ। ਅਸੀਂ ਲਿਆ ਲੈਣੀ। ਮਾਤਾ ਜੀ ਤਾਂ ਸੁਭਾਅ ਦੇ ਵਧੀਆ ਲੱਗਦੇ ਆ ਵਿਚਾਰੇ, ਕਿੰਨੇ ਚੰਗੇ ਹੈਗੇ। 5000 ਕਹਿੰਦੀ ਮੈਂ ਦੇ ਦੂੰਗੀ ਕਿਰਾਏ ਦਾ। ਚਲ 5 ਕੀ ਮਾੜ ਹੈਗਾ, ਵਿਹਲਾ ਵੀ ਪਿਆ ਹੀ ਆ, ਕੋਈ ਕੁੜੀ ਦੀ ਫੀਸ ਫੂਸ ਭਰ ਦਿਆ ਕਰਾਂਗੇ। ਆਹੋ, ਮੈਂ ਦਵਾਈ ਬੂਟੀ ਲੈ ਲਿਆ ਕਰਾਂਗੇ। ਲੈ ਬੇਟਾ, ਲਿਓ ਜੀ। ਮਾਤਾ ਜੀ ਆ ਪੱਖਾ ਨੀ ਚੱਲਦਾ? ਚੱਲਦਾ ਬੇਟਾ। ਹੋਰ ਲੈਣਾ ਬੇਟਾ ਪਾਣੀ? ਬਸ ਜੀ ਬਸ। ਅੱਛਾ, ਬਹਿ ਜਾ ਮਾਤਾ ਜੀ। ਬੈਠੇ ਤੇ ਮੇਰੇ ਘਰ ਵਾਲਾ ਵੀ ਜੀ ਲੱਗਿਆ ਹੋਈ ਹੈ। ਅੱਛਾ ਬੇਟੇ? ਹਾਂਜੀ। ਅੱਛਾ, ਉਹਦੀ ਵੀ ਡਿਊਟੀ ਆ ਆਪਣੇ ਨਾਲ ਹੀ ਪਿੰਡ ਹੈਗੀ। ਅੱਛਾ, ਸਾਨੂੰ ਐਂ ਸੀ, ਮੈਂ ਕਿਹਾ ਜੀ ਸਾਨੂੰ ਕਮਰਾ ਮਿਲ ਜੇ ਅਸੀਂ ਦੋਨੇ ਰਹਿ ਲਾਂਗੇ ਜੀ, ਫਿਰ ਮੈਂ ਆਪਣੇ ਘਰ ਵਾਲੇ ਨੂੰ ਵੀ ਬੁਲਾ ਲੂੰਗੀ। ਆਪ ਦੋਨੇ ਰਹਿ ਜਾ ਕੇ ਸਮਾਂ ਦੀ ਸੌਖਾ ਦੋਨਾਂ ਨੂੰ ਰਹਿਣਾ। ਹਾਂਜੀ, ਉਹਨਾਂ ਦੀ ਵੀ ਡਿਊਟੀ ਹੈ, ਉਹ ਬਸ ਅਗਲੇ ਪਿੰਡ ਚ ਹੈ ਜੀ, ਸਾਡੀ ਇੱਥੇ ਆ ਗਈ ਤੁਹਾਡੇ ਪਿੰਡ। ਸਾਨੂੰ ਵੀ ਸੁੱਖ ਹੋ ਜੇ, ਚਲ ਸਾਡੇ ਘਰੇ ਬੰਦਾ ਆ ਗਿਆ ਹੈ ਵੀ, ਬੰਦਾ ਹੈਗਾ। ਹਾਂ ਮਾਤਾ ਜੀ, ਅੱਛਾ ਤੁਹਾਡਾ ਬੇਟਾ ਬਾਹਰ ਆ ਵੀ? ਹਾਂ। ਅੱਛਾ ਜੀ, ਚਲੋ ਜੀ, ਜਾਣੀ ਪੈਂਦਾ, ਬਾਹਰ ਵੀ ਜਾਣਾ ਪੈਂਦਾ ਜੀ, ਦੂਰ ਡਿਊਟੀ ਆ ਉਹਦੀ ਵੀ, ਫਿਰ ਦੋਨੇ ਮਾਵਾਂ ਧੀਆਂ ਹੀ ਰਹਿੰਦੀਆਂ।
ਅੱਛਾ ਜੀ ਹਾਂ ਕਿੱਥੇ ਤੁਹਾਡੀ ਧੀ ਦਿਖਦੀ ਤਾਂ ਹੈ ਨੀ ਕਿਤੇ ਇੱਥੇ ਬਾਹਰੋਂ ਖੜੀ ਹੋ ਕਿਤੇ ਆਏ ਦਾ ਇੱਧਰ ਕਿਤੇ ਪੜ੍ਹਦੀ ਪੁੜਦੀ ਹੋਊਗੀ ਕਮਰੇ ਚ ਬੈਠੀ ਹੋ ਕਿਤੇ ਅੱਛਾ ਜੀ ਹਜੇ ਪੜ੍ਹਾਈ ਕਰਾਈ ਚੱਲੀ ਜਾਂਦੀ ਹੈ ਹਜੇ ਅੱਛਾ ਜੀ ਹਾਂ ਚਲੋ ਵਧੀਆ ਮੈਂ ਕਹਿੰਦੀ ਆ ਵੀ ਚੱਲ ਜਿਹੜਾ ਕਰਾਓ ਕੋਈ ਆਲਾ ਉਹ ਪੜ੍ਹਾਈ ਲਿਖਾਈ ਕਰਾ ਲੂੰ ਉਹ ਵੀ ਵਿਹਲੇ ਵੀ ਪਿਆ ਹੀ ਆ ਕਮਰਾ ਹਾਂ ਹਾਂ ਇਹ ਤਾਂ ਹੈ ਮਾਤਾ ਜੀ ਵਧੀਆ ਤੁਹਾਡੀ ਸੋਚ ਵਧੀਆ ਜੀ ਅੱਜ ਕੱਲ ਕੋਈ ਕਮਰਾ ਨਾ ਕਿਰਾਏ ਤੇ ਦਿੰਦਾ ਨਹੀਂ ਜੀ ਬਸ ਇਹੀ ਚੀਜ਼ ਸੋਚਦੇ ਆ ਵੀ ਇਹ ਨਹੀਂ ਪਤਾ ਵੀ ਇਹ ਕਿਰਾਏ ਤੇ ਰਹਿਣਾ ਹੈ ਕਿ ਕਿਵੇਂ ਆਏ ਅੱਜ ਕੱਲ ਦੁਨੀਆ ਯਕੀਨ ਨਹੀਂ ਕਰਦੀ ਜੀ ਆਹੋ ਬੇਟੇ ਅੱਜ ਕੱਲ ਲੋਕਾਂ ਡਰੇ ਪਏ ਹੈਗੇ ਆ ਜੀ ਲੋਕਾਂ ਦੇ ਬਾਹ ਬਾਹ ਦਾ ਮਾਤਾ ਜੀ ਸਾਨੂੰ ਯਕੀਨ ਤਾਂ ਹੈ ਨਾ ਮੇਰੇ ਤੇ ਸਾਨੂੰ ਤਾਂ ਪੂਰਾ ਜੀ ਤੁਹਾਡੇ ਤੇ ਫੇਰ ਜੀ ਡਾਕਟਰ ਮੁਲਾਜ਼ਮ ਬੰਦੇ ਹੋਗੇ ਹੁਣ ਤੁਸੀਂ ਕੋਈ ਠੱਗੀ ਜਾਰੀ ਆ ਰਿਹਾ ਹਾਂ ਹਾਂ ਦੇਖੋ ਹੋਈ ਮਾਰ ਦਿਓ ਨਹੀਂ ਨਹੀਂ ਮਾਤਾ ਦੇਖ ਸਾਨੂੰ ਕਿਤੇ ਤਾਂ ਕਮਰਾ ਲੈਣਾ ਪਊਗੀ ਕਿਰਾਏ ਤੇ ਕਿਤੇ ਹੋਰ ਵੀ ਬੈਠੋਗੇ ਜੀ ਤੁਸੀਂ ਨਹੀਂ ਦੇਉਂਗੇ ਕੋਈ ਹੋਰ ਦੇ ਦੂਗਾ ਨਾ ਸਾਨੂੰ ਸਮਾਂ 10 ਰੁਪਏ ਬਣਨਗੇ ਸਾਡਾ ਤੇਰੇ ਤੇ ਸਾਨੂੰ ਪੂਰਾ ਮੈਨੂੰ ਭਰੋਸਾ ਹੈ ਵਿਸ਼ਵਾਸ ਹੈ ਠੀਕ ਹੈ ਮਾਤਾ ਜੀ ਚਲੋ ਤੁਹਾਡੀ ਬੇਟੀ ਨੂੰ ਬੁਲਾ ਲਓ ਫਿਰ ਬੇਟੀ ਨੂੰ ਬੁਲਾ ਲਾਨੀ ਹੈ ਮੈਂ ਤੈਨੂੰ ਸਿਆਣੂ ਕਰਾਉਣੀ ਹੈ ਹਾਂਜੀ ਸਿਆਣੂ ਹੋਣੀ ਹੈ ਹਾਂਜੀ ਹਾਂਜੀ ਬੁਲਾਉਣੀ ਹੈ ਮੈਂ ਗਗਨਾ ਗਗਨਾ ਗਗਨ ਕਿੱਧਰ ਗਈ ਗਗਨਾ ਪਤਾ ਨੀ ਕਿੱਧਰ ਆਵਾਜ਼ ਜਾਂਦੀ ਆ ਬਹਿੰਦੀ ਆ ਪੜ੍ਹਨਾ ਕਿੱਥੇ ਗਰਮੀ ਚ ਬੜੀ ਬੈਠੀ ਆ ਬੈਠੀ ਆ ਪਤਾ ਨੀ ਕੀ ਇਹ ਨਾ ਬੋਲਦੀ ਫਿਰ ਇੱਥੇ ਬਹਿ ਗਈ ਆ ਕੇ ਤੂੰ ਗਰਮੀ ਚ ਬੇਬੇ ਮੈਂ 2 ਮਿੰਟ ਬੈਠੀ ਸੀ ਪੜ੍ਹਨਾ ਗਾਂਜਾ ਲੈਣੀ ਆ ਮੈਂ ਪੜ੍ਹਦੀ ਆ ਬਹਿ ਕੇ ਕੰਮ ਕਰਕੇ ਆਈ ਸੀ ਉਧਰੋਂ ਅੱਛਾ ਮੈਂ ਕਿਹਾ ਪਤਾ ਨੀ ਕੀ ਬੋਲ ਜਾ ਕਾਤੋਂ ਮਾਰੀ ਜਾਂਦੀ ਆ ਕੀ ਕੰਮ ਆ ਉਹ ਡਾਕਟਰ ਨੇ ਆਈ ਆ ਆਪਣੇ ਅੱਛਾ ਆਪਣੇ ਹਾਂ ਬੇਬੇ ਤੂੰ ਐਂ ਕਿਉਂ ਬਾੜਦੀ ਹੁੰਦੀ ਜਣੇ ਖਣੇ ਨੂੰ ਪਹਿਲਾਂ ਹੀ ਬਾੜ ਕੇ ਬਹਿਗੀ ਤੂੰ ਪੁੱਛ ਨੀ ਦੱਸਨੀ ਉਹਦੇ ਦੀ ਕੀਤੀ ਪਹਿਲਾਂ ਹੀ ਬਾੜ ਕੇ ਬਹਿਗੀ ਘਰੇ ਨਹੀਂ ਉਹ ਗਰਮੀ ਚ ਤੁਰੀ ਫਿਰਦੀ ਸੀਗੀ ਮੇਰੇ ਨਾਲ ਆ ਗਈ ਗਰਮੀ ਚ ਕੀ ਤੁਰੀ ਫਿਰਦੀ ਸੀ ਬੇਬੇ ਐਂ ਨੀ ਆਹੋ ਬਾੜੀ ਦਾ ਹੁੰਦਾ ਕਿਸੇ ਨੂੰ ਘਰੇ ਜਦੋਂ ਆਪਾਂ ਜਾਣਦੇ ਨੀ ਕਰਦੇ ਨੀਗੇ ਤੈਨੂੰ ਕੀ ਪਤਾ ਕੀ ਲੱਗੀ ਵੀ ਉਹ ਨਹੀਂ ਉਹ ਕਹਿੰਦੀ ਡਾਕਟਰ ਨਹੀਂ ਲੱਗੀ ਆ ਮੈਂ ਕੱਲ ਨੂੰ ਕੋਈ ਠੱਗੀ ਨਾ ਮਾਰ ਕੇ ਲੈ ਜੇ ਐਵੇਂ ਘਰੇ ਵਾੜੇਗੀ ਇਹ ਜੀ ਬੁੜੀ ਨਹੀਂ ਲੱਗਦੀ ਮੈਨੂੰ ਠੱਗੀ ਵਾਲੀ ਬੇਬੇ ਕਰੀਆਂ ਤਾਂ ਉਹੀ ਗੱਲਾਂ ਤੂੰ ਤਾਂ ਪੁਰਾਣੀਆਂ ਬੁੜੀਆਂ ਵਾਲੀਆਂ ਗੱਲਾਂ ਕਰੀ ਨੇ ਹਰੇਕ ਤੇ ਭੇਜ ਜਾਂਦੀ ਆ ਨਹੀਂ ਕੋਈ ਉਹ ਠੱਗੀ ਵਾਲੀ ਬੁੜੀ ਨਹੀਂ ਆਪਾਂ ਰੱਖ ਲਾਂਗੇ ਤੇ 5000 ਰੁਪਇਆ ਦੇ ਦੂ ਕਹਿੰਦੀ ਮੈਂ ਕਰਾਂ ਇਹਦਾ ਅੱਛਾ 5000 ਦਿੰਦੀ ਆ ਹਾਂ ਫੇ ਤੂੰ ਕੀ ਕਹਿੰਦਾ ਮੇਰੀ ਫੀਸ ਭਰ ਦਿਆ ਕਰੂੰਗੀ ਬੇਬੇ ਤੂੰ ਇਹਨਾਂ ਲਾਲਚ ਨਾ ਕਰ ਤੂੰ ਉਹਦੀ ਗੱਲਾਂ ਚ ਨਾ ਤੂੰ ਪਹਿਲਾਂ ਭੇਤ ਸੇਤ ਲੈ ਵੀ ਕਿੱਥੋਂ ਦੀ ਹੈਗੀ ਕਿਵੇਂ ਆਈ ਆ ਇਹ ਨਹੀਂ ਚੰਗੀ ਲਾਲਚ ਨਾ ਕਰ ਦਾ ਦਵਾਈ ਬੂਟੀ ਦੇ ਦਿਆ ਕਰੂਗੀ ਆਪਾਂ ਨੂੰ ਤੇ ਨੇ 5000 ਕਰਾਇਆ ਨੇ ਉਹ ਕਹਿੰਦੀ ਮੇਰੇ ਘਰ ਆ ਵੀ ਲੱਗਿਆ ਇੱਥੇ ਨੇੜੇ ਹੀ ਆ ਕਹਿੰਦੀ ਸੀ ਦੋਨੇ ਜੀ ਰਹਿ ਜਾ ਕਰਾ ਮੈਂ ਤੈਨੂੰ ਐਂ ਕਹਿੰਨੀ ਆ ਪਹਿਲਾਂ ਤੂੰ ਹਜੇ ਹਾਂ ਨਾ ਕਰ ਉਹਨੂੰ ਪਹਿਲਾਂ ਉਹਦੇ ਪਿੰਡ 'ਚ ਪੁੱਛ ਦੱਸ ਕਰ ਵੀ ਕਿਹੜਾ ਪਿੰਡ ਹੈ ਤਾਂ ਕਿੱਥੋਂ ਆਈ ਹੈ ਇਹ ਕੀ ਲੱਗੀ ਵੀ ਆ ਉਹ ਪਰ ਤੂੰ ਪੜ੍ਹੀ ਲਿਖੀ ਆ ਤੂੰ ਪੜਤਾ ਕਰ ਉਹਦੀ ਗੱਲ ਦੀ ਹੁਣ ਮੈਨੂੰ ਕੀ ਸਮਝ ਆ ਰਿਹਾ ਕੁਮਾਰੀ ਕੁੜੀਆਂ ਮੈਂ ਪਿੰਡ 'ਚ ਤੁਰੀ ਫਿਰੂੰਗੀ ਤੈਨੂੰ ਸਗਾਈ ਤੂੰ ਤਾਂ ਜਾ ਇੱਥੇ ਉਹਦੇ ਗੱਲਾਂ ਬਾਤਾਂ ਤਾਂ ਕਰ ਲੈ ਘਰੇ ਆ ਗਈ ਹੁਣ ਤੂੰ ਆਹੋ ਤੇਰੇ ਘਰੇ ਆ ਚੱਲ ਫਿਰ ਆ ਜਾ ਤੂੰ ਬਾਹਰ ਆ ਉਹ ਕਾਲ ਆਪਾਂ ਰੱਖ ਲਾਂਗੇ ਆ ਜਾ ਪਤਾ ਨਹੀਂ ਕਿਹਨੂੰ ਬਾੜ ਕੇ ਬਹਿਗੀ ਲੈ ਘਰੇ ਕੋਈ ਉਹ ਮਾੜੀ ਨੀ ਬੁੜੀ ਉਹ ਰੱਖ ਲਾਂਗੇ ਆਪਾਂ ਨੂੰ ਘਰੇ ਉਹਦੇ ਘਰ ਆ ਵੀ ਹੋਊਗਾ ਆਪਾਂ ਕੱਲੀਆਂ ਰਹਿੰਦੀਆਂ ਚੱਲ ਬੇਬੇ ਤੋਰ ਤੂੰ ਤਾਂ ਮੰਨ ਦੇ ਆਪਾਂ ਉਹ ਦੋਨੇ ਜੀ ਰਹਿ ਜਾ ਤੈਨੂੰ ਕੀ ਪਤਾ ਤੂੰ ਪੈਸਿਆਂ ਦਾ ਲਾਲਚ ਕਰ ਲੈਂਗੇ ਜੇ ਤੂੰ ਆਪਣਾ ਦੋਨਾਂ ਦਾ ਗਾਲ ਘੁੱਟ ਗਈ ਇੱਥੇ ਠੱਗ ਕੇ ਲੈਗੀ ਫੇਰ ਪਤਾ ਲੱਗੂ ਤੈਨੂੰ ਇਹੋ ਜਿਹਾ ਕਿਰਾਇਆ ਲਏਂਗੀ ਉਹ ਆਪਾਂ ਗਾਲ ਐ ਕਰ ਲਾਂਗੇ ਮੁੰਡੇ ਨਾਲ ਮੁੰਡੇ ਨਾਲ ਕੀ ਰਾਇਆ ਕਰ ਲੈਂਗੀ ਮੁੰਡਾ ਫਿਰ ਆਪਣੂੰ ਘਰੋਂ ਵੀ ਕੱਢ ਦੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਹੋਰ ਠੀਕ ਆ ਜੀ ਤੁਸੀਂ ਦੱਸੋ ਕਿਵੇਂ ਠੀਕ ਠਾਕ ਵਧੀਆ ਅੱਛਾ ਜੀ ਅੱਛਾ ਮਾਤਾ ਜੀ ਦੀ ਕੁੜੀ ਹੋ ਤੁਸੀਂ ਹਾਂਜੀ ਮੈਂ ਮਾਤਾ ਜੀ ਦੀ ਕੁੜੀ ਹਾਂ ਹਾਂਜੀ 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 ਚਲੋ ਜੀ ਠੀਕ ਹੈ ਅੱਛਾ ਜੀ ਤੁਸੀਂ ਐਂ ਦੱਸੋ ਸੱਚੀ ਵਿੱਚ ਡਾਕਟਰ ਆ ਜੀ ਮੈਨੂੰ ਬੇਬੇ ਨੇ ਦੱਸਿਆ ਸੀਗਾ ਨਾ ਜੀ ਹੋਰ ਉਹੀ ਵਿੱਚ ਵੀ ਡਾਕਟਰ ਹੁੰਦੇ ਹੈਗੇ ਸੱਚੀ ਵਿੱਚ ਡਾਕਟਰ ਫੇਰ ਹੀ ਕਿਵੇਂ ਡਾਕਟਰ ਨਹੀਂ ਆ ਚਲੋ ਐਂ ਤਾਂ ਤੁਸੀਂ ਘਬਰਾ ਕੇ ਦਾ ਨਾਮ ਬੋਲੋ ਵਧੀਆ ਮਿਠਾ ਘਬਰਾ ਕੇ ਨਹੀਂ ਮੈਂ ਬੋਲਦੀ ਮੈਂ ਸਾਨੂੰ ਸੋਤੀ ਕਹਿ ਰਿਹਾ ਸੀ ਪੁੱਛਿਆ ਸਾਨੂੰ ਵੀ ਤੁਸੀਂ ਇਹ ਕਹਿੰਦੇ ਤੁਸੀਂ ਸੱਚੀ ਵਿੱਚ ਡਾਕਟਰ ਹੋ ਕੀ ਗੱਲ ਤੁਹਾਨੂੰ ਮੈਂ ਲੱਗਦੇ ਨਹੀਂ ਡਾਕਟਰ ਨਹੀਂ ਨਹੀਂ ਜੀ ਦੇਖੋ ਅੱਜ ਕੱਲ ਨਾ ਸਾਨੂੰ ਪਤਾ ਨਹੀਂ ਹੈਗਾ ਹਾਲਾਤ ਕੀ ਹੋ ਰਹੇ ਆ ਘਰਾਂ ਦੇ ਵਿੱਚ ਠੱਗੀਆਂ ਵੱਜ ਰਹੀਆਂ ਜੀ ਅੱਜ ਕੱਲ ਤਾਂ ਉਹਦੀ ਲੁੱਟ ਕੇ ਲੈ ਜਾਂਦੇ ਹੁੰਦੇ ਹੈਗੇ
ਦੇਖ ਭੈਣੇ, ਮੈਂ ਕੋਈ ਤੁਹਾਡਾ ਘਰ ਲੁੱਟਣ ਤਾਂ ਆਈ ਨੀ, ਕੋਈ ਮੈਂ ਲਟੇਰੀ ਤਾਂ ਹੀ ਨੀ। ਜੇ ਮੈਂ ਡਾਕਟਰ ਨੀ ਆ ਤਾਂ ਹੀ ਮੈਂ ਤੁਹਾਡੇ ਘਰੇ ਆਈ ਆ। ਅੱਛਾ ਚਲੋ ਛੱਡੋ ਜੀ, ਤੁਸੀਂ ਡਾਕਟਰ ਆਂਗੇ, ਤੁਹਾਡੀ ਡਿਊਟੀ ਐ ਇਸ ਪਿੰਡ ਚ ਲੱਗੀ ਜੀ ਤੁਸੀਂ। ਜੇ ਇਸ ਪਿੰਡ ਚ ਲੱਗੀ ਆਈ ਫੇਰ ਹੀ ਤੁਹਾਡੇ ਕਮਰਾ ਕਰਾਇਆ ਲੈਣੀ ਜੀ, ਕਮਰਾ ਕਰਾਏ ਤੇ ਕਿਤੇ। ਜੇ ਭੈਣੇ ਕਮਰਾ ਮਿਲ ਜਾਣਾ ਮੈਂ ਤੁਹਾਡੇ ਘਰੇ ਕਾਹਨੂੰ ਆਉਂਦੀ, ਫਿਰ ਮੈਂ ਕਮਰੇ ਚ ਰਹਿਣ ਨਾ ਲੱਗ ਜਾਂਦੀ। ਚਲੋ ਜੀ, ਤੁਸੀਂ ਗੁੱਸਾ ਕਰਦੇ, ਮੈਂ ਤਾਂ ਕਰਦੇ ਵੈਸੇ ਨੀ। ਤੁਹਾਡੀ ਮਾਂ ਦਾ ਤਾਂ ਕਿੰਨਾ ਸੁਭਾਅ ਚੰਗਾ, ਮਾਤਾ ਜੀ ਦਾ, ਮਾਤਾ ਤਾਂ ਕਿੰਨਾ ਪਿਆਰ ਨਾਲ ਬੋਲਦੀ ਸੀ ਮੈਨੂੰ, ਆਪ ਹੀ ਮਾਤਾ ਜੀ ਮੈਨੂੰ ਲੈ ਕੇ ਆਏ, ਮੈਂ ਕਿਹੜਾ ਉਹਨਾਂ ਨੇ ਧੱਕੇ ਨਾਲ ਆਈ ਅੰਦਰ। ਇਹ ਤਾਂ ਭੈਣੇ ਕਿਸੇ ਨੂੰ ਕਹਿਣਾ ਚਾਹੀਦਾ ਵੀ ਚੋਰ ਠੱਗ, ਮੈਂ ਵੀ ਕੋਈ ਉਹੀ ਗੱਲ, ਜੱਟਾਂ ਜ਼ਿਮੀਂਦਾਰਾਂ ਦੀ ਕੁੜੀਆਂ ਕੋਈ ਆਈ ਨੀ ਆ ਗਈ ਤੁਹਾਡੇ ਘਰੇ। ਨਹੀਂ ਉਹ ਤਾਂ ਵੈਸੇ ਹੀ ਪੁੱਛ ਲਿਆ, ਤੁਸੀਂ ਘਬਰਾਉਂਦੇ ਕਿਉਂ? ਮੈਂ ਤਾਂ ਵੈਸੀ ਗੱਲ ਕਰੀ, ਘਬਰਾਉਣ ਵਾਲੀ ਕੋਈ ਵਿੱਚ ਕੋਈ ਗੱਲ ਨਹੀਂ। ਮੇਰੇ ਘਰ ਵਾਲਾ ਵੀ ਮੇਰੇ ਨਾਲ ਲੱਗਿਆ ਹੋਇਆ, ਦੇਖ ਪਿਛਲੇ ਪਿੰਡ ਰਹਿੰਦਾ ਮੇਰੇ ਘਰ ਵਾਲਾ, ਤੁਹਾਡੇ ਅੰਤਾਲੀਆ ਤੁਹਾਡੇ ਨਾਲ ਹੀ ਪੈਂਦੇ ਨਾ ਅੰਤਾਲੀ ਪਿੰਡ, ਉੱਥੇ ਡਿਊਟੀ ਆ ਉਹਦੀ, ਤੇ ਉਹ ਵੀ ਮੇਰੇ ਘਰ ਵਾਲਾ ਵੀ ਇੱਥੇ ਮੇਰੇ ਨਾਲ ਰਹੂਗਾ, ਕੋਈ ਇਕੱਲੀ ਨੀ ਰਹਿੰਦੀ ਭੈਣੇ ਮੈਂ। ਅੱਛਾ, ਇਹ ਵੀਰ ਜੀ ਵੀ ਲੱਗੇ ਹੋਏ ਆ? ਹਾਂ ਉਹ ਵੀ ਲੱਗੇ ਹੋਏ, ਉਹ ਵੀ ਡਿਊਟੀ ਤੇ ਲੱਗੇ ਹੋਏ ਆ। ਠੀਕ ਆ ਜੀ। ਦੇਖੋ ਅਸੀਂ ਬੇਬੇ ਨੇ ਕਹਿਤਾ, ਮਾਤਾ ਨੇ ਵੀ ਅਸੀਂ ਕਮਰਾ ਦੇ ਦਿਆਂਗੇ, ਮੈਂ ਤਾਂ ਕਰਕੇ ਨਾਲ ਆ ਗਈ, ਨਹੀਂ ਮੈਨੂੰ ਕੋਈ ਕਮਰਿਆਂ ਦੀ ਘਾਟ ਨਹੀਂ, ਪਾਣੀ ਪੀ ਲਿਆ ਮੈਂ, ਮੈਂ ਦਾ ਚੱਕਦੀ ਆ ਬੈਗ ਭੈਣੇ, ਮੈਂ ਕਮਰਾ ਅੱਗੇ ਲੈ ਲੈਣੀ ਆ ਜਾ ਕੇ। ਨਹੀਂ ਦੀਦੀ ਤੁਸੀਂ ਘਬਰਾਉਣਾ, ਮੈਂ ਤਾਂ ਤੁਹਾਨੂੰ ਵੈਸੇ ਹੀ ਪੁੱਛਿਆ, ਤੁਸੀਂ ਉੱਠ ਕੇ ਨਾ ਭੱਜੋ, ਮੈਂ ਤੁਹਾਨੂੰ ਐਂ ਪੁੱਛਦੀ ਕੋਈ ਨੀ, ਕਮਰਾ ਤੁਹਾਨੂੰ ਚਾਹੀਦਾ, ਕਮਰਾ ਤੁਹਾਨੂੰ ਕਿਰਾਏ ਤੇ ਦੇ ਦਾਂਗੇ ਅਸੀਂ। ਫਿਰ ਮੈਂ ਵੀ ਤਾਂ ਕਿਰਾਏ ਤੇ ਕਮਰੇ ਹੀ ਲੈਣਾ, ਮੈਂ ਕਿਹੜਾ ਕੋਈ ਐਂ ਕਹਿੰਦੀ ਵੀ ਮੈਂ ਤੁਹਾਡੇ ਸਦਾ ਵਾਸਤੇ ਰਹਿ ਜੂੰਗੀ। ਮੈਂ ਤਾਂ ਬੇਬੇ ਦੀ ਗੱਲ ਕਰਦੀ, ਉਹ ਅਨਪੜ੍ਹ ਬੁੜੀ ਹੈਗੀ, ਬੁੜੀਆਂ ਨੂੰ ਪਤਾ ਨੀ ਹੁੰਦਾ ਜੀ, ਗੈਰ ਗੈਰ ਬੰਦੇ ਨੂੰ ਘਰੇ ਬਾਹਰ ਨਾ ਨੀ ਚਾਹੀਦਾ ਹੁੰਦਾ, ਪੁੱਛ ਦੱਸ ਕਰਕੇ ਫਿਰ ਬਾਹਰ ਨਾ ਚਾਹੀਦਾ ਜੀ। ਪੁੱਛ ਦੱਸ ਕਰਕੇ ਆਈ ਆ ਜੀ, ਤੁਹਾਡੀ ਮਾਤਾ ਨੇ ਆਪ ਲੈ ਕੇ ਆਈ ਹੈ ਮੈਨੂੰ, ਕੋਈ ਮੈਂ ਆਪੇ ਨੀ ਆ ਗਈ, ਮਾਤਾ ਨਾਲ ਗੱਲ ਕਰ ਲਓ ਉਹਦੀ ਨਾਲ। ਅੱਛਾ, ਮੈਨੂੰ ਤਾਂ ਐਂ ਹੋ ਗਿਆ ਸੀ ਮੈਡਮ, ਦੇਖੋ ਜੀ ਤੁਹਾਡੇ ਕੱਪੜੇ ਅੱਡੋ ਅੱਡ ਦੇ ਪਾਏ ਹੋਏ, ਸਾਨੂੰ ਵਰਦੀ ਨੀ ਲਾਈ ਹੈਗੀ ਗੀ। ਵਰਦੀ ਮੈਂ ਡਿਊਟੀ ਤੇ ਪਾਉਣੀ ਆ, ਉੱਥੇ ਐਂ ਤਾਂ ਨੀ ਵਰਦੀ ਗਲੀਆਂ ਚ ਪਾ ਕੇ ਤੁਰੀ ਫਿਰਦੀ ਕਮਰਾ ਭਾਲਦੀ। ਚਲੋ ਕੋਈ ਨਾ, ਤੁਸੀਂ ਪੜ੍ਹੇ ਲਿਖੇ ਹੋ, ਮਾਤਾ ਕਹਿੰਦੀ ਮੇਰੀ ਕੁੜੀ ਪੜ੍ਹਾਈ ਕਰੀ ਜਾਂਦੀ ਹੈ। ਆਹ ਦੇਖੋ ਜੀ ਪੜ੍ਹਾਈ ਵਾਲਾ ਸੂਟ ਪਾਇਆ ਹੋਇਆਗਾ, ਫਿਰ ਮੈਚਿੰਗ ਸੂਟ ਪਾਇਆ, ਫਿਰ ਇਹਦੇ ਮਤਲਬ ਲੈ ਥੋੜੀ ਜਿਹੀ ਮੈਚਿੰਗ ਸੂਟ ਪਾਇਆ, ਤੇ ਸਾਨੂੰ ਬੋਲਣ ਦਾ ਤਾਂ ਸਾਨੂੰ ਪਤਾ ਨੀ, ਬੋਲਣ ਦਾ ਤਰੀਕਾ ਨੀ, ਪੜ੍ਹੇ ਲਿਖੇ ਵਾਲੀ ਬੋਲੀ ਵੀ ਸਿੱਖੋ, ਮਾੜਾ ਮੋਟਾ ਤਾਂ ਕਿਸੇ ਤੇ ਯਕੀਨ ਕਰਨਾ ਸਿੱਖੋ, ਐਂ ਥੋੜੀ ਹੈ ਵੀ ਹਰ ਇੱਕ ਬੰਦਾ ਲਟੇਰੀ ਫਿਰਦਾ। ਚਲੋ ਠੀਕ ਹੈ ਜੀ, ਤੁਸੀਂ ਗੁੱਸਾ ਨਾ ਕਰੋ, ਸਾਨੂੰ ਤੁਹਾਡੇ ਤੇ ਵਿਸ਼ਵਾਸ ਆ, ਕੋਈ ਨੀ ਅਸੀਂ ਰਹਿ ਕਰਕੇ ਦੱਸ ਦਾਂਗੇ ਜੇ ਤੁਹਾਨੂੰ ਕਮਰਾ ਕਿਰਾਏ ਤੇ ਚਾਹੀਦਾ, ਤੁਸੀਂ ਬੈਠੋ ਆਰਾਮ ਕਰੋ, ਮੈਂ ਚਾਹ ਪਾਣੀ ਮੈਂ ਬਣਾ ਕੇ ਲਿਆਉਣੀ ਹੈਗੀ, ਕੋਈ ਨੀ। ਕੋਈ ਗੱਲ ਨੀ ਭੈਣੇ, ਲਿਆ। ਠੀਕ ਹੈ ਜੀ, ਚੰਗੀ ਗੱਲ ਹੈ, ਚਾਹ ਤਾਂ ਕਹਿ ਤਾਂ ਮੈਂ ਚਾਹ ਪਾਣੀ ਬਣਾ ਕੇ ਲਿਆਉਣੀ ਆ। ਬੇਬੇ ਕਹੇ ਜੀ, ਉਹਦੀ ਕੁੜੀ ਕਹੇ ਜੀ ਹੈ, ਅੱਡੋ ਅੱਡ ਹੈ ਦੋਨੇ। ਬੇਬੇ ਕਿੰਨੀ ਚੰਗੀ ਸੁਭਾਅ ਦੀ ਹੈ, ਇਹ ਦੇਖ ਲੈ ਕਿਵੇਂ ਕਰਦੀ ਹੈਗੀ ਹੈ। ਕਹਿੰਦੀ ਤੁਸੀਂ ਇੱਕ ਮਿੰਟ, ਤੁਸੀਂ ਡਾਕਟਰ ਨਹੀਂ ਨੀ ਲੱਗਦੇ, ਵੀ ਡਾਕਟਰਾਂ ਨੇ ਦੱਸ ਕੇ ਐ ਮੱਥੇ ਤੇ ਲਿਖ ਕੇ ਲਾਇਆ ਹੁੰਦਾ ਵੀ ਇਹ ਡਾਕਟਰ ਹੈ। ਕੁੜੇ ਪੁੱਤ, ਹਾਂ ਮਾਤਾ ਜੀ, ਜ਼ਿਆਦਾ ਗੁੱਸਾ ਕਰੀ। ਮਾਤਾ ਜੀ ਗੁੱਸਾ ਤਾਂ ਕਾਹਨੂੰ ਕਰਦੇ, ਤੁਹਾਡੀ ਧੀ ਨੂੰ ਨੇ ਥੋੜਾ ਜਿਹਾ ਬੋਲਣ ਦੀ ਲਿਆਕਤ ਜਮੀ ਨੀ ਹੈਗੀ, ਜਿੰਨਾ ਤੁਸੀਂ ਮਿੱਠਾ ਬੋਲਦੇ ਹੋ, ਤੁਸੀਂ ਕਿੰਨੇ ਪਿਆਰ ਨਾਲ ਬੋਲਦੇ ਹੋ, ਐ ਜਮੀ ਨੀ ਬੋਲੇ, ਮੇਰੇ ਤਾਂ ਗਾਲੀ ਪੈ ਗਈ ਆ ਕੇ। ਕਹਿੰਦੇ ਇਹ ਸੁਭਾਅ ਹੀ ਇਹ ਜਾਗਾ, ਨਹੀਂ ਇਹ ਜਿਹਾ ਸੁਭਾਅ ਨੀ ਰੱਖਣਾ ਚਾਹੀਦਾ, ਕੁਮਾਰੀ ਹਲੇ ਵਿਆਹਣੀ ਆ। ਹਾਂ ਵਿਆਹਣੀ ਆ ਪੁੱਤਾਂ, ਦੇਖ ਲੈਣੇ ਬਗਾਨੇ ਘਰ ਜਾਣੇ, ਮਾੜੀ ਮੋਟੀ ਤਾਂ ਮੱਤ ਦਿਆ ਕਰੋ ਇਹਨੂੰ। ਚੱਲ ਤੁਸੀਂ ਸਮਝਾ ਦਿਆ ਕਰੋ, ਇੱਥੇ ਰਿਹਾ ਕਰੋਗੇ? ਮੈਂ ਤਾਂ ਸਮਝਾ ਦੂੰਗੀ, ਕੋਈ ਗੱਲ ਨੀ, ਮੈਨੂੰ ਤਾਂ ਭੈਣਾਂ ਵਾਂਗੂ ਐ ਵਿਚਾਰੀ, ਕਿਹੜਾ ਫੋਨ ਐ, ਥੋੜਾ ਜਿਹਾ ਮੈਨੂੰ ਬੋਲ ਤਾਂ ਰੁੱਕ ਹੀ ਗਈ। ਹਾਂ ਚੱਲ ਕੋਈ ਨੀ, ਆਈ ਹੈ ਦੱਸ ਵਾ ਤੇ ਪੁੱਤ ਤੇਰੇ ਘਰ ਆ ਜਾਂਦਾ ਸਾਡ, ਮੈਨੂੰ ਮਾੜਾ ਮੋਟਾ ਵੀ ਐ ਪਤਾ ਲੱਗੇ ਵੀ ਇਮਾਨਦਾਰ ਬੰਦਾ, ਮੇਰੀ ਧੀ ਮਟਿਆਰ ਆ ਘਰੇ। ਨਾ ਕੋਈ ਨੀ ਮਾਤਾ ਜੀ, ਮੈਂ ਬੁਲਾ ਲੈਣੀ, ਫੋਨ ਕਰਕੇ ਬੁਲਾ ਲੈਣੇ ਉਹਨਾਂ ਨੂੰ। ਹਾਂ ਉਹਨਾਂ ਨੂੰ ਅੱਜ ਛੁੱਟੀ ਐ, ਘਰੇ ਨਗੇ। ਹਾਂ ਉਹਨਾਂ ਨੂੰ ਫੋਨ ਕਰਕੇ ਬੁਲਾ ਲੈ, ਤੇ ਨੇ ਚਾਹ ਲੈ ਕੇ ਆਉਂਦੀ ਐ। ਠੀਕ ਐ ਜੀ, ਗਗਨ ਲਿਆ ਪੁੱਤ ਚਾਹ। ਕੋਈ ਨੀ ਮਾਤਾ ਜੀ, ਮੈਂ ਲਾ ਦੇਣੀ ਫੋਨ। ਹਾਂ ਤੂੰ ਫੋਨ ਲਾ ਲੈ, ਗਗਨ ਨੇ ਤੁਸੀਂ ਲਿਆਓ ਜੀ ਚਾਹ, ਮੈਂ ਫੋਨ ਕਰ ਦਿੰਦੀ। ਚਾਹ ਲਿਆਉਂਦੀ ਐ ਗਗਨ, ਲਾਉਣੀ ਐ ਮਾਤਾ ਮੈਂ ਫੋਨ, ਇੱਕ ਮਿੰਟ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆ ਨਾ ਮੈਂ ਆਪਣੇ ਨਾਲ ਦੇ ਪਿੰਡ ਕਮਰਾ ਲੈ ਲਿਆ ਜੀ ਕਿਰਾਏ ਤੇ।
ਤਲਵੰਡੀ ਅਕਲੀਆ ਜੀ, ਜਿੱਥੇ ਡਿਊਟੀ ਆ ਮੇਰੀ। ਅੱਛਾ ਤਲਵੰਡੀ ਅਕਲੀਆ। ਹਾਂਜੀ ਹਾਂਜੀ। ਤੇ ਤੁਸੀਂ ਉਰੇ ਆ? ਮੈਂ ਤਾਂ ਕਰਮਗੜਾ ਉਤਾਵਲੀ ਹਾਂ। ਹਾਂਜੀ, ਮੈਨੂੰ ਤਾਂ ਪਤਾ, ਦੱਸਤਾ ਮੈਂ ਮਾਤਾ ਨੂੰ। ਇਹ ਮਾਤਾ ਮਿਲ ਗਏ ਮੈਨੂੰ। ਮਾਤਾ ਕਹਿੰਦੇ ਵੀ ਅਸੀਂ ਕਮਰਾ ਦੇ ਦਿਆਂਗੇ, ਦੋਨੇ ਮਾਵਾਂ ਧੀ ਰਹਿੰਦੇ ਆ ਵਿਚਾਰੀਆਂ। ਅੱਛਾ ਆਪਾਂ ਇੱਥੇ ਕਮਰਾ ਲੈ ਲੈਂਦੇ ਆ ਕਰਮਗੜਾ ਉਤਾਵਲੀ। ਨਹੀਂ ਇੱਥੇ ਲੈ ਲਿਆ ਮੈਂ, ਇੱਥੋਂ ਮੈਨੂੰ ਆਉਣਾ ਜਾਣਾ ਔਖਾ, ਤੁਸੀਂ ਤਾਂ ਵਗ ਜਾ ਕਰੋਗੇ। ਕੋਈ ਸਹੂਲਤ ਵੀ ਹੈ ਇਹਨਾਂ ਦੇ ਘਰੇ? ਸਹੂਲਤ ਹੈਗੀ ਹੈ ਜੀ, ਸਾਰੀ ਸਹੂਲਤ ਹੈ। ਆ ਕੇ ਦੇਖ ਲਓ, ਆਪਾਂ ਕਮਰੇ ਹੀ ਫੇਰ ਲਵਾਂਗੇ ਤੁਹਾਡੇ ਆਇਆਂ ਤੋਂ। ਚਲੋ ਤਾਂ ਠੀਕ ਹੈ, ਮੈਂ ਆ ਜਾਊਂਗਾ। ਤੇ ਫਿਰ ਮੈਨੂੰ ਤਾਂ ਡਰੈਸ ਦਾ ਨਹੀਂ ਪਤਾ, ਮੈਂ ਕੀ ਡਰੈਸ ਤੇ ਆਉਂ? ਡਰੈਸ ਤਾਂ ਮਾਤਾ ਨੂੰ ਪੁੱਛ ਲੈਣੀ ਆ। ਮਾਤਾ ਜੀ ਡਰੈਸ ਕੀ ਹੈ ਆਪਣਾ, ਕੀ ਨਾਂ ਤੇ ਆਵੇ? ਮਿੱਠੂ ਸਿੰਘ ਦੇ ਘਰੇ ਕੌਰ ਸਿੰਘ ਆ, ਸਿੱਧੂ। ਅੱਛਾ ਜੀ, ਆ ਸੁਣੀ ਗਿਆ ਉਸ ਨੂੰ ਮਾਤਾ ਤੋਂ? ਮਿੱਠੂ ਸਿੰਘ ਹੈ ਤੇ ਕੌਰ ਸਿੰਘ। ਅੱਛਾ ਹਾਂ, ਇਹ ਡਰੈਸ ਦਿੱਤਾ ਮਾਤਾ ਨੇ, ਇਹ ਡਰੈਸ ਪੁੱਛ ਕੇ ਤੁਸੀਂ ਆ ਜਾਓ ਜੀ ਫਿਰ। ਅੱਛਾ ਮਿੱਠੂ ਸਿੰਘ ਦੇ ਘਰੇ ਆ ਜਾਓ। ਹਾਂਜੀ, ਥੋੜਾ ਜਿਹਾ ਨਾ ਇਹ ਵਿਚਾਲੇ ਜੀ ਆ ਗਿਆ ਜੀ ਪਿੰਡ ਦੇ ਘਰ। ਕੋਈ ਗੱਲ ਨੀ, ਅੱਗੇ ਥੋੜੀ ਜਿਹੀ ਬਣੀ ਹੋਈ ਹੈ ਜੀ, ਸਬਜ਼ੀ ਲੱਗੀ ਹੋਈ ਹੈ। ਹਾਂਜੀ, ਗੇਟ ਦੇ ਮੂਹਰੇ ਸਬਜ਼ੀ ਲੱਗੀ ਹੋਈ, ਉਹ ਘਰ ਹੈ ਮਾੜਾ, ਤੁਸੀਂ ਗੌਰ ਨਾਲ ਦੇਖ ਲਿਓ। ਚੱਲ ਤੁਸੀਂ ਜਲਦੀ ਆ ਜਾਓ। ਮਾਤਾ ਕਹਿੰਦੀ ਮੈਂ ਕਮਰਾ ਫੇਰ ਦੇਊਂਗੀ, ਤੇਰੇ ਘਰ ਵਾਲੇ ਨੂੰ ਦੇਖ ਕੇ ਕਹਿੰਦੀ ਮੇਰੀ ਜਵਾਨਤੀ ਹੈ ਘਰੇ, ਮੈਂ ਕਮਰਾ ਨੀ ਦਿੰਦੀ। ਅੱਛਾ ਅੱਛਾ, ਕੋਈ ਨਹੀਂ, ਮੈਂ ਜਲਦੀ ਆਉਂਗਾ। ਹਾਂ ਛੇਤੀ ਆ ਜਾਓ। ਠੀਕ ਹੈ ਜੀ, ਹਾਂ ਠੀਕ ਹੈ ਜੀ, ਓਕੇ। ਕਰਨ ਗਿਆ ਬਤ ਚਾ ਲੈ, ਮੈਂ ਤਾਂ ਗੱਲ ਕਰ ਲਈ ਮੈਂ ਦੇ ਘਰ ਵਾਲੇ ਨਾ। ਬਾਣੀ ਬਾਟੇ ਜਾਂ ਮਰੀ ਜਾਂਦੀਆਂ। ਲੈ ਲਓ ਜੀ ਚਾਹ, ਚਾਹ ਫੜ ਲਿਆ ਤਾਂ ਨਹੀਂ ਚਾਹ। ਮਾਤਾ ਪਹਿਲਾਂ ਕਿੰਨਾ ਰੁੱਖਾ ਬੋਲਦੀ ਸੀ, ਹੁਣ ਰੋਟੀ ਨੂੰ ਵੀ ਕਹਿੰਦੀ ਸਾਨੂੰ ਰੋਟੀ ਵੀ ਬਣਾ। ਨਹੀਂ ਆਏ, ਬਸ ਉਹੀ ਸੁਭਾਅ ਹੀ ਹੁੰਦਾ ਤੈਨੂੰ ਪਤਾ, ਵਿੱਚ ਜਵਾਕਾਂ ਦਾ ਬੋਲਣ ਦਾ, ਜਿਵੇਂ ਸਕੂਲਾਂ ਚ ਬੋਲਦੀਆਂ ਕੁੜੀਆਂ ਉਵੇਂ ਬੋਲੀ ਜਾਂਦੀ ਆ। ਪੜ੍ਹਾਈ ਲਿਖਾਈ ਕਾਫੀ ਪਈ ਹੋ ਜੀ। ਹਾਂ ਉਹ ਵੀ ਹੁੰਦਾ ਹੈ, ਸੁਭਾਗ ਬਣਿਆ ਹੋਇਆ ਹੈ। ਠੀਕ ਹੈ ਜੀ, ਠੀਕ ਹੈ। ਚੌੜ ਦਾ ਸੁਭਾਅ ਚੌੜ ਕਰੀ ਜਾਂਦੇ, ਮੈਨੂੰ ਬੋਲੀ ਜਾਂਦੇ ਜਿਵੇਂ ਉਹ ਵੀ ਤੈਨੂੰ ਬੋਲ ਪਈ। ਚਲੋ ਕੋਈ ਨੀ, ਤਾਂ ਮੈਂ ਤਾਂ ਕਿਹੜਾ, ਮੈਂ ਤਾਂ ਗੁੱਸਾ ਕਰਦੀ ਆ। ਪੀ ਲਓ ਮਾਤਾ ਜੀ ਚਾਹ। ਤੇ ਉਹ ਆਪਣਾ ਮੁੰਡਾ ਆਊਗਾ, ਉਹਦੇ ਨਾਲ ਪੜਾਈ ਕਰਕੇ ਤੇ ਵੇਖ ਕੇ, ਭਾਈ ਇਮਾਨਦਾਰ ਬੰਦਾ ਹੈ ਤੇ ਤੈਨੂੰ ਕਿਰਾਇਆ ਕਮਰਾ ਦੇ ਦਿਆਂਗੇ। ਠੀਕ ਹੈ ਮਾਤਾ ਜੀ, ਚੰਗਾ ਜੀ। ਰਸਤਾ ਆ ਗਿਆ, ਕਿੱਧਰ ਜਾਵਾਂ? ਬਾੜੀ ਤਾਂ ਆਹੀ ਹੈ, ਆ ਵੀ ਘਰ ਹੋ ਸਕਦਾ ਹੈ, ਬਾੜੀ ਤਾਂ ਇਹਨਾਂ ਦੀ ਵੀ ਹੋ ਸਕਦੀ ਹੈ। ਗੱਡੀ ਵੀ ਖੜੀ ਹੈ, ਮੋਟਰਸਾਈਕਲ ਇੱਥੇ ਹੀ ਖੜਾਉਂਦੇ ਹਾਂ, ਚੱਲ ਦੇਖਦੇ ਹਾਂ, ਖੜਾ ਕੇ ਪੁੱਛ ਲੈਂਦੇ ਹਾਂ। ਹੋਰ ਕੀ ਪੁੱਛੇ ਬਿਨਾਂ ਕਿਹੜਾ ਕੋਈ, ਇੱਥੇ ਹੁਣ ਪਿੰਡਾਂ 'ਚ ਨੰਬਰ ਹੁੰਦੇ ਨੇ, ਘਰਾਂ ਦੇ ਕਿਹੜਾ ਕੋਈ ਪਤਾ ਲੱਗਦਾ। ਪਿੰਡ ਤਾਂ ਕੋਈ ਬਾਹਲਾ ਵੱਡਾ ਨਹੀਂ, ਪਿੰਡ ਤਾਂ ਠੀਕ ਹੀ ਹੈ, ਚੱਲ ਦੇਖਦੇ ਹਾਂ, ਬੋਲ ਮਾਰ ਲਾਂਗੇ ਜੇ ਘਰ ਨਾ ਹੋਇਆ। ਲੱਗਦਾ ਤਾਂ ਐਡਰੈਸ ਤਾਂ ਠੀਕ ਹੀ ਦਿੱਤਾ ਸੀ, ਵੀ ਬਾੜੀ ਹੈ, ਹੋ ਸਕਦਾ ਬਾੜੀ ਇਹਨਾਂ ਦੇ ਗੇਟ ਨੂੰ ਜਮਾਂ ਸਾਹਮਣੇ, ਉਹ ਵੀ ਦੂਰ ਹੈ ਗੇਟ, ਉਹ ਵੀ ਗੇਟ ਦੂਰ ਹੈ। ਕਰੇ ਜੀ ਕੋਈ, ਕਰੇ ਕੋਈ।
ਮਤਲਬ ਬੈਠੀਆਂ ਨੇ, ਮਾਈ ਬੈਠੀ ਹੈਗਾ। ਅਫਸਰ ਲੱਗਿਆ ਤੁਹਾਡੇ ਨਾ, ਮੈਂ ਡਰੈਸ ਤੇ ਆਇਆ, ਡਰੈਸ ਤਾਂ ਬਾੜੀ ਸੋਡੀ ਹੈ। ਹਾਂ ਸਾਡੀ ਹੈ ਪੁੱਤਾ। ਮੈਨੂੰ ਨਾ ਡਾਕਟਰ ਨੀ ਨੇ ਡਰੈਸ ਦਿੱਤਾ ਸੀਗਾ ਤੁਹਾਡੇ ਘਰ ਦਾ। ਅੱਛਾ, ਸਰਦਾਰ ਮਿੱਠੂ ਸਿੰਘ, ਸੌਰਭ ਕੌਰ ਸਿੰਘ ਸਿੱਧੂ ਕੇ ਤੁਸੀਂ ਵੱਜਦੇ ਹੋ? ਹਾਂ ਪੁੱਤ, ਅਸੀਂ ਵੱਜਦੇ ਹਾਂ। ਹਾਂ ਅੱਛਾ, ਉਹ ਜਿਹੜੀ ਡਾਕਟਰ ਨੀ ਤੁਹਾਡੇ ਘਰੇ, ਮੇਰੀ ਵਾਈਫ ਹੈ। ਅੱਛਾ, ਵਾਈਫ ਕਹਿਣ ਤੂੰ ਪੰਜਾਬੀ ਬੋਲ। ਪੰਜਾਬੀ ਬੋਲਣ ਨੂੰ ਕੀ ਆ? ਉਹ ਮੇਰੇ ਡਾਕਟਰ ਜਿਹੜੀ ਮੇਰੇ ਘਰ ਵਾਲੀ ਹੈ। ਹਾਂ ਤੇ ਹਾਂ ਹੈ ਕਹੇ ਮੈਂ ਬਾਕ ਮੈਂ ਬੱਕ ਦਾ ਬੈਗ ਕਹਿੰਦਾ ਵੀ ਮੇਰਾ ਬੈਗ ਹੈ। ਆ ਬੈਗ ਨਹੀਂ ਸਾਡਾ ਹੀ ਹੈਗਾ। ਅੱਛਾ, ਇਹਨਾਂ ਸਾਡੀ ਡਿਊਟੀ ਮਤਲਬ ਤੁਹਾਡੇ ਬਦਲੀ ਹੋ ਗਈ, ਸਾਡਾ ਬੰਦਾ ਦੂਰ ਹੈਗਾ। ਠੀਕ ਹੈ। ਤੇ ਮੇਰੇ ਘਰ ਵਾਲੀ ਦਾ ਤੁਹਾਡੇ ਪਿੰਡ ਤਲਵੰਡੀ ਅਗਲੀ ਡਿਊਟੀ ਹੈ। ਅੱਛਾ, ਤੇ ਉਹਦਾ ਡਾਕਟਰ ਨਹੀਂ ਹੈ। ਅੱਛਾ, ਤੇ ਮੈਂ ਪੋਸਟ ਨਾ ਆਇਆ। ਅੱਛਾ, ਬਹੁਤ ਵੱਡਾ ਅਫਸਰ ਆ ਦਿੱਤਾ ਤੂੰ। ਹਾਂ ਮੈਂ ਬਹੁਤ ਵੱਡਾ ਅਫਸਰ ਨਾ। ਅੱਛਾ, ਉਹਨਾਂ ਉਂਟਾਲੀ ਮੇਰੀ ਡਿਊਟੀ ਹੈ। ਅੱਛਾ, ਤੇ ਹੁਣ ਡਾਕਟਰ ਨਹੀਂ ਜੀ ਕਿੱਧਰ ਗਏ ਹੋਏ ਨੇ? ਉਹ ਤਾਂ ਇੱਧਰ ਗਈ ਹੈ ਇੱਕ ਨੰਬਰ। ਅੱਛਾ ਮਾਤਾ ਜੀ, ਮਾਤਾ ਜੀ ਮੇਰੇ ਵਾਸਤੇ ਨਾ ਇੱਕ ਪਾਣੀ ਦਾ ਗਲਾਸ ਤਾਂ ਲਿਆਓ। ਪਾਣੀ ਮੰਗਵਾ ਦੇਣੇ ਆ। ਹਾਂ ਤੁਸੀਂ ਲੈ ਲਓ ਬੇਬੇ ਜੀ, ਤੁਸੀਂ ਲੈ ਦਿਓ। ਹਾਂ ਤੁਸੀਂ ਲੈ ਦੇਣੇ। ਜਦੋਂ ਬੈਠੇ ਸੀ ਅਜੇ ਚਾਹ ਪਾਣੀ ਲਿਆ, ਘਰ ਤਾਂ ਵਧੀਆ ਲੱਗਦਾ ਹੈਗਾ। ਚਲੋ ਡਾਕਟਰ ਨੀ ਆ ਗਏ। ਆ ਗਈ ਤੁਸੀਂ? ਹਾਂ, ਤੁਸੀਂ ਮੈਨੂੰ ਜਿਹੜਾ ਡਰੈਸ ਦਿੱਤਾ ਸੀ ਨਾ, ਉਸ ਤੇ ਆ ਗਿਆ ਸਹੀ। ਤੁਸੀਂ ਮੈਨੂੰ ਬਾੜੀ ਦੱਸਿਆ ਸੀਗਾ, ਤੂੰ ਤਾਂ ਪਿੰਡਾਂ ਚ ਕਿਹੜਾ ਕੋਈ ਨੰਬਰ ਲੱਗੇ ਹੁੰਦੇ? ਮਕਾਨ ਨੰਬਰ ਤਾਂ ਕੋਈ ਹੁੰਦਾ ਨੀ। ਮਕਾਨ ਨੰਬਰ ਨੀ ਹੈਗੇ ਜੀ, ਬਸ ਇੱਥੇ ਜਾਂ ਤਾਂ ਨਾਂ ਨਾ ਜਾਣਿਆ ਜਾਂਦਾ ਬੰਦਾ, ਜਾਂ ਜਿਵੇਂ ਕੋਈ ਨਿਸ਼ਾਨੀ ਦੱਸਣੀ ਪੈਂਦੀ ਅੱਗੇ ਘਰ ਦੇ। ਨਹੀਂ ਮੈਂ ਸਹੀ ਆ ਗਿਆ, ਤੈਨੂੰ ਕੋਈ ਦਿੱਕਤ ਤਾਂ ਨੀ ਆਈ? ਕੋਈ ਦਿੱਕਤ ਨੀ, ਪਿੰਡ ਬਹੁਤ ਛੋਟਾ ਪਿੰਡ ਹੈ। ਪਿੰਡ ਤਾਂ ਛੋਟਾ ਹੀ ਹੈ। ਤੇ ਕਿੱਧਰ ਗਏ ਮਾਤਾ ਜੀ? ਮਾਤਾ ਜੀ ਤਾਂ ਮੇਰੇ ਵਾਸਤੇ ਪਾਣੀ ਲੈਣ ਗਏ। ਮਾਤਾ ਜੀ ਪਾਣੀ ਲੈਣਗੇ? ਹਾਂ, ਮੈਨੂੰ ਤਾਂ ਸਹੂਲਤ ਸਾਰੀ ਲੱਗਦੀ ਨਾ ਦੇ ਕਰੇ। ਸਹੂਲਤ ਤਾਂ ਹੈਗੀ ਹੈ। ਆ ਗਏ ਮਾਤਾ ਜੀ, ਲੈ ਪਾਣੀ ਲੈ ਲਓ। ਆ ਜਾਓ ਮਾਤਾ ਜੀ ਪਾਣੀ। ਹਾਂ ਆ ਜਾਓ ਮਾਤਾ ਜੀ, ਉਰੇ ਬਹਿ ਜਾਓ ਤੁਸੀਂ। ਤੁਸੀਂ ਬਹਿ ਜਾਓ ਇੱਧਰ। ਆ ਉਰੇ ਫੜਾ ਦਿਓ ਮੈਨੂੰ। ਬਹਿ ਜਾਓ, ਆ ਜਾਓ। ਬਹਿ ਜਾਓ ਮਾਤਾ ਜੀ, ਬਹਿ ਜਾਓ। ਬੈਠੇ ਬੁੱਤ ਬੈਠੇ। ਲੈ ਮਾਤਾ ਜੀ ਮੈਨੂੰ ਫੜਾ ਦਿਓ ਉਰੇ। ਆ ਤੁਸੀਂ ਨਾ ਮਾਤਾ ਜੀ ਦੀ ਸੇਵਾ ਕਰਨੀ ਹੈ। ਮਾਤਾ ਜੀ ਦੀ ਕਰਾਂਗੇ ਸੇਵਾ, ਕਰਾਂ ਮਾਤਾ ਜੀ ਨਾਲ ਗੱਲ ਤਾਂ ਕਰੋ ਕਮਰੇ ਵਾਲੇ। ਦੇਤਾ ਮਾਤਾ ਜੀ? ਨਹੀਂ ਇਹ ਨਹੀਂ ਲਿਆਗਾ, ਮਾਤਾ ਜੀ ਕਹਿੰਦੇ ਮੈਂ ਥੋੜੇ ਜਿਹਾ ਗੱਲ ਕਰਕੇ ਲਊ। ਮਾਤਾ ਜੀ ਸਾਨੂੰ ਕਮਰਾ ਤੁਸੀਂ ਦਿਓਗੇ? ਤੁਹਾਡਾ ਏਸੀ ਲੱਗਿਆ ਹੋਇਆ? ਹਾਂ ਪੁੱਤ, ਏਸੀ ਆ ਵੀ ਹੈਗਾ। ਏਸੀ ਆ ਕਮਰਾ ਦੇ ਦੋਗੇ ਸਾਨੂੰ? ਏਸੀ ਆ ਪੁੱਤ ਫਿਰ ਥੋੜਾ ਮਹਿੰਗਾ ਮਿਲੂਗਾ। ਮਹਿੰਗਾ ਪੁੱਤ, ਤੁਹਾਡੇ ਨਾਲ ਗੱਲ ਕਰੀ ਕੀ ਗੱਲ ਕਰੀਏ? ਕਿਰਾਏ ਦੀ ਕੀ ਗੱਲ ਕਰੀਏ? ਕਿਰਾਏ ਦੀ ਗੱਲ ਤਾਂ 5000 ਦੀ ਕਰੀਏ ਫਿਰ ਜੀ, ਏਸੀ ਵਾਲਾ ਕਮਰਾ ਲੈਣਾ ਤਾਂ ਹੁਣ। ਮਾਤਾ ਜੀ 5000 ਰੁਪਏ ਦੇ ਦੋ, ਪੂਰਾ 5000 ਰੁਪਇਆ। ਤੇ ਪੁੱਤ ਬਿੱਲ ਵੀ ਆਉਂਦਾ ਏਸੀ ਦਾ, ਫਿਰ ਉਹ ਤਾਂ ਬਿੱਲ ਭਰੀ। ਬਿੱਲ ਕਹਿੰਦੇ ਫਿਰ ਹੁਣ ਉਹ ਤਾਂ ਬਿੱਲ ਆਊਗੀ, ਬਿੱਲ ਕਰਕੇ ਤਾਂ ਬਹੁਤ ਮਹਿੰਗਾ ਪੈ ਜਾਊਗਾ। ਨਹੀਂ ਫਿਰ 2000 ਰੁਪਇਆ ਵਧਾ ਲਿਓ ਤੁਸੀਂ। ਮਾਤਾ ਜੀ ਸਾਨੂੰ ਬਿੱਲ ਤਾਂ ਤੁਹਾਡਾ ਘਰੇ ਵੀ ਲਾਈਟ ਮਚੂਗੀ ਤੁਹਾਡੇ। ਸਾਨੂੰ ਤੁਸੀਂ ਇੱਕੋ ਹੀ ਗੱਲ ਦੱਸ ਦਿਓ ਵੀ ਤੁਹਾਨੂੰ 6000 ਰੁਪਇਆ ਦੇ ਦੇਵਾਂਗੇ। ਅਸੀਂ ਪੁੱਤ 7 ਦੇ ਦੇਵਾਂਗੇ। 7 ਚ? 7 ਚ? ਹਾਂ 7 ਕਹਿੰਦੇ ਬੇਬੇ, 7 ਲਾਉਂਗੇ ਨਹੀਂ। ਦੇਖ ਲਓ ਹੁਣ ਤੁਸੀਂ, ਮੈਂ ਤੁਹਾਨੂੰ ਤਾਂ ਹੀ ਸੱਜਿਆ ਰਾਇ ਕਰਨ ਵਾਸਤੇ, ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਾਂਗੇ। 7 ਚ ਲੈ ਲੈਣੇ, ਕੀ ਮਾੜਾ ਹੈ? ਉਰੇ ਗਰਮੀ ਬਹੁਤ ਜ਼ਿਆਦੀ ਪੈਣੀ ਹੈ। ਲੈ ਲਓ, ਹਾਂ ਕਰ ਦਿਓ, ਮੈਂ ਤਾਂ ਹੀ ਤਾਂ ਤੁਹਾਨੂੰ ਸੱਜਿਆਗਾ। ਮਾਤਾ ਜੀ 7000 ਰੁਪਇਆ ਦੇ ਦੇਵਾਂਗੇ, ਬਿੱਲ ਸਾਰਾ ਤੁਸੀਂ ਭਰਨਾ ਹੋਊਗਾ, ਅਸੀਂ ਕੋਈ ਬਿੱਲ ਨਹੀਂ ਪੇ ਕਰਦੇ। ਆ ਨਹੀਂ ਬੱਚਾ, ਬਿੱਲ ਅਸੀਂ ਆਪ ਹੀ ਭਰਾਂਗੇ। ਹਾਂ ਸਿਰਫ 7000 ਰੁਪਇਆ ਦੇਵਾਂਗੇ। ਬਸ ਠੀਕ ਹੈ, ਤੁਸੀਂ ਪਾਣੀ ਪੀ ਲਓ। ਪਾਣੀ ਪੀਏ ਪੁੱਤ ਤੂੰ ਤੇ ਚੰਗਾ ਪੁੱਤ, ਮੈਂ ਤਾਂ ਤੈਨੂੰ ਆਏ ਦੇਖੇ ਤੇ ਮੇਰੇ ਪੁੱਤ ਨਾਲ ਗਾ ਜਾਵੇਂ। ਅੱਛਾ ਵੀ ਮੈਂ ਤੇਰੇ ਪੁੱਤ ਵਰ ਕਰਾਉਣਾ ਤੈਨੂੰ? ਹਾਂ ਪੁੱਤ, ਤੇਰੇ ਪੁੱਤ ਵਰ ਕਰਾ ਦਾ ਜਮੇ ਕਰੋ ਮਾਤਾ ਨਾਲ ਗੱਲ। ਆ ਰੱਖ ਕੇ ਤੇ ਤੂੰ ਪੁੱਤ ਮੇਰਾ ਅਫਸਰ ਤਾਂ ਬਹੁਤ ਵੱਡਾ ਹੈ। ਬੇਬੇ ਦੇਖ ਰਿਹਾ ਮੈਂ ਤਾਂ ਕਿੱਡਾ ਵੱਡਾ ਅਫਸਰ ਲੱਗਿਆ। ਹਾਂ ਤੇ ਸੰਜੋਗ ਮੇਰੇ ਪੈਸੀ ਡਾਕਟਰ ਨੇ ਨਾ।
ਨੌਕਰੀਆਂ ਤੇ ਅੱਛਾ ਹਾਂ ਮਤਲਬ ਠੀਕ ਹੈ ਚਲੋ ਜਿੱਥੇ ਰੱਬ ਰੱਖਦਾ ਉੱਥੇ ਸੰਜੋਗਾਂ ਦੀ ਗੱਲ ਹੁੰਦੀ ਸੰਜੋਗ ਜੋ ਰਾਵਰ ਹੁੰਦੇ ਆ ਪੁੱਤਾਂ ਹਾਂ ਸੰਜੋਗ ਜੋ ਰਾਵਰ ਹੁੰਦੇ ਹਾਂ ਜਿੱਥੇ ਸੰਜੋਗ ਜੁੜ ਜਾਣ ਫੇਰ ਭਵਾਂ ਦੀ ਐਨ ਪਤਾ ਕਿ ਡਾਕਟਰ ਨਹੀਂ ਮਿਲ ਜੇ ਜਾਂ ਮਾਸਟਰ ਨਹੀਂ ਮਿਲ ਜੇ ਬੇਬੇ ਮੇਰੀ ਗੱਲ ਪੜ ਮਿਲ ਜੇ ਇਹ ਵੀ ਨਹੀਂ ਪਤਾ ਹੁੰਦਾ ਮਾਤਾ ਜੀ ਮੇਰੀ ਗੱਲ ਸੁਣੋ ਹਾਂ ਇਹਦਾ ਨਾ ਡਾਕਟਰੀ ਦਾ ਸੁਭਾਅ ਬਹੁਤ ਚੰਗਾ ਹੈ ਅੱਛਾ ਹਾਂ ਤੁਹਾਡੀ ਬਹੁਤ ਸੇਵਾ ਕਰਨੀ ਆਪਣੇ ਪਰਿਵਾਰ ਦੇ ਵਿੱਚ ਹੋਰ ਕੌਣ ਰਹਿੰਦੇ ਨੇ ਬਲਦੀ ਦੇਨੇ ਮਾਮਾ ਤੇ ਰਹਿੰਦੀਆਂ ਪੁੱਤ ਮੇਰਾ ਪੁੱਤ ਵੀ ਮੁਲਾਜ਼ਮ ਲੱਗਿਆ ਹੋਇਆ ਅੱਛਾ ਬਾਹਰ ਰਹਿੰਦੇ ਨੇ ਬਾਹਰ ਰਹਿੰਦੇ ਆ ਠੀਕ ਹੈ ਠੀਕ ਹੈ ਹਾਂ ਅਸੀਂ ਤਾਂ ਦੋਨੇ ਰਹਿਣੀ ਆ ਫਿਰ ਮੈਂ ਤਾਂ ਹੀ ਸੋਨੇ ਰੱਖ ਲਿਆ ਠੀਕ ਹੈ ਸੋਨੀ ਜੀ ਮੈਂ ਤਾਂ ਵੀ ਆਪਣਾ ਬੰਦਾ ਘਰੇ ਆਇਆ ਵੀ ਬੰਦਾ ਹੈ ਘਰੇ ਠੀਕ ਹੈ ਹਨਾ ਨਹੀਂ ਬਹੁਤ ਵਧੀਆ ਕਰਿਆ ਮਾਤਾ ਜੀ ਤੇ ਤੁਹਾਡੀ ਬੇਟੀ ਨਹੀਂ ਦੀ ਨਹੀਂ ਘਰੇ ਆ ਘਰੇ ਆ ਪੁੱਤਾਂ ਪੜਦੀ ਆ ਉਹ ਅੱਛਾ ਜੀ ਪੜਦੀ ਹੈ ਹਾਂ ਠੀਕ ਹੈ ਉਹ ਮੈਂ ਜਾਂਦੀ ਆ ਪੜਨਾ ਚਲੋ ਠੀਕ ਹੈ ਮਾਤਾ ਜੀ ਆਪਦੀ ਬੇਟੀ ਨੂੰ ਪੂਰੀ ਪੜ੍ਹਾਈ ਕਰਾਇਓ ਕੋਈ ਨੌਕਰੀ ਮਿਲ ਜਾਂਦੀ ਹੈ ਹਾਂ ਪੁੱਤ ਪਰ ਨੂੰ ਕਿਹਾ ਦੇਣਾ ਤੇ ਮੈਂ ਹੀ ਮਾਂ ਨਾਲ ਦੇਖੂਗੀ ਭਈ ਇਹ ਬੰਦਾ ਕੋਈ ਮਾਨਦਾਰ ਹੈ ਜਾਂ ਕਿਹਾ ਤੈਨੂੰ ਪਤਾ ਤੁਸੀਂ ਵਿਆਹ ਜੀ ਕੋਈ ਜਲਦੀ ਨਾ ਕਰਿਓ ਹਜੇ ਨਾ ਪੜਾ ਮਾਂਗੇ ਪੁੱਤ ਜੀ ਪੂਰਾ ਪੜਾ ਲਓ ਹਾਂ ਨਾ ਮੁੰਡਾ ਵੀ ਇਹੀ ਕਹਿੰਦਾ ਸੀ ਮੇਰਾ ਪੁੱਤ ਵੀ ਹਾਂ ਤੇ ਤੈਨੂੰ ਪੜਾ ਕੇ ਕਾਸ਼ ਚਲੋ ਵੀਰ ਜੀ ਮਤਲਬ ਅਫਸਰ ਲੱਗੇ ਹੋਏ ਨੇ ਹਾਂ ਤੇ ਉਹਨਾਂ ਨੂੰ ਤਾਂ ਜ਼ਿਆਦਾ ਹੀ ਗਿਆਨ ਹੈਗਾ ਉਹਨਾਂ ਦਾ ਵੀ ਪਤਾ ਹੀ ਹੈ ਪੁੱਤ ਹਾਂ ਪੜਾਈ ਕਿਹੜੀ ਚੀਜ਼ ਹੁੰਦੀ ਨੌਕਰੀਆਂ ਬਾਰੇ ਵੀ ਚੰਗਾ ਹੁੰਦਾ ਪੜਾਈ ਠੀਕ ਹੈ ਮਾਤਾ ਜੀ ਸਾਨੂੰ ਤੁਸੀਂ ਕਮਰਾ ਦਿਖਾਓ ਫਿਰ ਜਿਹੜਾ ਕਮਰਾ ਦੇਣਾ ਸੀ ਕਮਰਾ ਦੇਖ ਚਾਹ ਰਿਹਾ ਪੁੱਤ ਹਾਂ ਪੁੱਤ ਮੇਰੇ ਏਸੀ ਆ ਕਮਰਾ ਅੱਛਾ ਇਹ ਚ ਏਸੀ ਲੱਗਿਆ ਹੋਇਆ ਹਾਂ ਆ ਖੋਲ ਕੇ ਦੇਖ ਲਓ ਹਾਂ ਠੀਕ ਹੈ ਮਾਤਾ ਜੀ ਠੀਕ ਹੈ ਹਾਂ ਠੀਕ ਹੈਗਾ ਕਮਰਾ ਬਹੁਤ ਅੱਛਾ ਹੈ ਹਾਂ ਪੁੱਤ ਹਾਂ ਇਹ ਬੈਲੇ ਹੀ ਆ ਫਿਰ ਅਸੀਂ ਮਾਵਾਂ ਦੇ ਅੱਜ ਪੈ ਜਾ ਕਰਾਂਗੀਆਂ ਕੋਈ ਗੱਲ ਨਹੀਂ ਹਾਂ ਤੇ ਆ ਤੈਨੂੰ ਮਿਲ ਗਿਆ ਏਸੀ ਵਾਲਾ ਫ੍ਰਿਜ ਵੀ ਹੈਗਾ ਆਪਣੇ ਹਾਂ ਸਾਰਾ ਕੁਝ ਹੈ ਪੁੱਤ ਸਾਰਾ ਸਮਾਨ ਹੀ ਹੈ ਠੀਕ ਹੈ ਫਿਰ ਅਸੀਂ ਖਾਣਾ ਨਾ ਉੱਥੇ ਰਸੋਈ ਦੇ ਵਿੱਚ ਨਾਲ ਹੀ ਤੁਹਾਡੇ ਬਣਾਇਆ ਕਰਾਂਗੇ ਆਹੋ ਹਾਂ ਅਸੀਂ ਤਾਂ ਜਲਦੀ ਖਾਣਾ ਬਣਾਇਆ ਕਰਾਂਗੇ ਸਵੇਰੇ ਅੱਛਾ ਪੁੱਤ ਤੇ ਜਲਦੀ ਅਸੀਂ ਉੱਠਿਆ ਕਰਾਂਗੇ ਅਸੀਂ ਉਹਨੂੰ ਬਾਅਦ ਵਿੱਚ ਬਣਾ ਲਿਆ ਕਰਾਂਗੇ ਹਾਂ ਚਲੋ ਤੁਸੀਂ ਤਾਂ ਕੋਈ ਗੱਲ ਨਹੀਂ ਹਾਂ ਤੇ ਉਹ ਤਾਂ ਭੈਣ ਦੀ ਵੀ ਮਤਲਬ ਜਾਣਾ ਹੋਊਗਾ ਨਾ ਪਰ ਇਹ ਤਾਂ ਲੇਟ ਜਾਂਦੀ ਹੈ ਪੁੱਤ ਅੱਛਾ ਉਹ ਲੇਟ ਜਾਂਦੀ ਹੈ ਹਾਂ ਤੁਸੀਂ ਪਹਿਲਾਂ ਭਗ ਜਾ ਕਰੋਗੇ ਤੇ ਬਾਅਦ ਵਿੱਚ ਬਣਾ ਲਿਆ ਕਰਾਂਗੇ ਬਾਅਦ ਵਿੱਚ ਆਪਦਾ ਹਾਂ ਠੀਕ ਹੈ ਮਾਤਾ ਜੀ ਜੇ ਕਿਤੇ ਇਕੱਠਾ ਵੀ ਬਣਾ ਲਿਆ ਕਰਾਂਗੇ ਜਿੱਦੇ ਕਿਤੇ ਆਪਣਾ ਮਾਹੌਲ ਹਾਂ ਚਲੋ ਆਪਾਂ ਨਾ ਇਹਨਾਂ ਰਲ ਮਿਲ ਗਏ ਹਾਂ ਤੁਹਾਨੂੰ ਸਾਡੇ ਸੁਭਾਅ ਦਾ ਪਤਾ ਲੱਗ ਗਿਆ ਸਾਨੂੰ ਤੁਹਾਡੇ ਸੁਭਾਅ ਦਾ ਪਤਾ ਲੱਗ ਗਿਆ ਹੈ ਨਹੀਂ ਹੈ ਹਾਂ ਠੀਕ ਹੈ ਮਾਤਾ ਜੀ ਚੰਗਾ ਪੁੱਤ ਚੰਗਾ ਲੱਗਦਾ ਸੁਭਾਅ ਤਾਂ ਮੁੰਡੇ ਦਾ ਭਈ ਚਲ ਅੱਖ ਲਾ ਨੇ ਦੇਖ ਹੀ ਜਾਊਗੀ ਫਿਰ ਕਿਹੜਾ ਹੁਣ ਪਤਾ ਲੱਗੂਗਾ ਵਰਤੇ ਤੋਂ ਜਾਂ ਰਾਹ ਪਏ ਤੋਂ ਪਤਾ ਲੱਗਦਾ ਜਾਂ ਬਾਹ ਪਏ ਤੋਂ ਪਤਾ ਲੱਗਦਾ ਲੈ ਬੇਬੇ ਬਣ ਕੇ ਇਹਨਾਂ ਕਮਲ ਜਾਂ ਮਾਰੀ ਜਾਂਦੀ ਹੈਗੀ ਬੈਠੀ ਆਉਂਦੀ ਹੈ ਬੇਬੇ ਇਹਦਾ ਕਮਲ ਹੀ ਲੱਗਦਾ ਮੇਰਾ ਹੋਰ ਬੇਬੇ ਕੀ ਕਮਲ ਜਾਂ ਮਾਰੀ ਨੇ ਬਾਹਰ ਬੈਠੀ ਨਹੀਂ ਇਹਦਾ ਘਰ ਤਾਂ ਬਾਹਰ ਦਾ ਅਫਸਰ ਲੱਗਿਆ ਬੇਬੇ ਆ ਜੱਜ ਲੱਗੇ ਜੱਜ ਨਹੀਂ ਪੋਸਟਮੈਨ ਪੋਸਟਮੈਨ ਦੰਦ ਕੱਢਣ ਲੱਗ ਗਏ ਆਪਣਾ ਅਫਸਰ ਆਉਣੇ ਤੇ ਤੇਰੇ ਦਿਮਾਗ ਤੇ ਕੀ ਪਾਉਂਦਾ ਪੈ ਗਿਆ ਕਿਉਂ ਤਾਂ ਡਾਕੀਆ ਡਾਕੀਆ ਚਿੱਠੀਆਂ ਵੜਦਾ ਉਹ ਸੱਚੀ ਹੋਰ ਉਹਦਾ ਡਾਕਟਰ ਨਹੀਂ ਉਹਦੇ ਨਾਲ ਵੱਡੀ ਹੈਗੀ ਉਹ ਵੱਧ ਕਮਾਉਂਦੀ ਹੈਗੀ ਆਪਣਾ ਆ ਗਿਆ ਨਾ ਤੈਨੂੰ ਬੁੱਧੂ ਅਣਪੜਾ ਨੂੰ ਤਾਂ ਹੀ ਲੋਕ ਠੱਗ ਲੈਂਦੇ ਆ ਨਹੀਂ ਉਹ ਤਾਂ ਕਹਿੰਦਾ ਬਦਲ ਗਿਆ ਕਿ ਉਹ ਆ ਮੈਂ ਤਾਂ ਬਾਵਾ ਹੀ ਬੜੀ ਮੈਂ ਤਾਂ ਜਾ ਮਿਲਦੀਆਂ ਸੀਗੀਆਂ ਕੁੜੀਆਂ ਵੀ ਵੱਡੀਆਂ ਅਫਸਰ ਨੀਆਂ ਲੈ ਉਹ ਅਸੀਂ ਤੈਨੂੰ ਬੁੱਧੂ ਬਣਾ ਗਿਆ ਉਹ ਪੇਚਣ ਕੇ ਤੈਨੂੰ ਦਵਾਈ ਕਹਿ ਗਿਆ ਤਾਂ ਹੀ ਤਾਂ ਤੈਨੂੰ ਉਹ ਕਰਦਾ ਸੀਗਾ ਵੀ ਮੈਂ ਤਾਂ ਬੜਾ ਵੱਡਾ ਅਫਸਰਾਂ ਕਹਿੰਦਾ ਸੀ ਉਹਦਾ ਡਾਕੀਆ ਡਾਕੀਆ ਅਫਸਰ ਉਹਦਾ ਡਾਕੀਆ ਚੋ ਆ ਗਿਆ ਹੈ ਨਾ ਕੋਈ ਰਸਤੇ ਨਹੀਂ ਆਉਂਦੇ ਹੁਣ ਉਹਨੂੰ ਵੱਡੀਆਂ ਕੁੜੀਆਂ ਦੇ ਅੱਛਾ ਹਾਂ ਇਹ ਡੇਰੇ ਘਰ ਵਾਲੀ ਵੱਡੀ ਹੈ ਪੋਸਟਮੈਨ ਉੱਤੇ ਹੈਗੀ ਡਾਕਟਰ ਨਹੀਂ ਆ
ਅੱਛਾ ਮੈਨੂੰ ਕੀ ਪਤਾ ਪੰਜਾਬੀ ਚ ਆਖੀ ਜਾ ਕੇ ਮੈਂ ਤਾਂ ਪੋਸਟ ਮਾਰਨਾ ਬੈਠਾ ਪੋਸਟ ਮਾਰਨਾ ਮੈਂ ਕਿਹਾ ਜੱਜ ਜੁੱਜ ਤੋਂ ਵੀ ਵੱਡਾ ਹੈ ਤਾਂ ਲੈ ਜੱਜ ਤਾਂ ਛੋਟਾ ਇਹ ਜੱਜ ਪਤਾ ਕਿੱਥੇ ਪੋਸਟ ਹੁੰਦੀ ਜੱਜ ਦੀ ਕਿੱਡੀ ਹੁੰਦੀ ਹੈਗੀ ਅੱਛਾ ਉਹ ਕੌਣ ਹੁੰਦਾ ਜੱਜ ਜੱਜ ਆ ਜਿਹੜੇ ਕਚਹਿਰੀਆਂ ਚ ਬਹਿੰਦੇ ਆ ਬੇਬੇ ਅੱਛਾ ਉਹ ਵੀ ਕਰਦੇ ਹੁੰਦੇ ਆ ਉਹ ਫਿਰ ਜਿਵੇਂ ਹੁਣ ਕੋਈ ਕਿਸੇ ਦਾ ਰੌਲਾ ਕੱਪਾ ਹੋ ਜਾਂਦਾ ਉਹ ਨਿਬੇੜਦੇ ਹੁੰਦੇ ਜੱਜ ਰੌਲਾ ਵੀ ਜਿਵੇਂ ਆਪਾਂ ਲੜ ਕੇ ਮਾਵਾ ਆਏ ਨਿਬੇੜਦੇ ਉਹ ਵੱਡਾ ਅਫਸਰ ਆ ਨਹੀਂ ਜੇ ਆਪਾਂ ਦੋਨੇ ਲੜ ਕੇ ਆਪਣਾ ਨਿਬੇੜ ਦੇਣਗੇ ਹੋਰ ਬੇਬੇ ਅੱਛਾ ਹਾਂ ਆਏ ਹੁੰਦੇ ਜੱਜ ਹਾਂ ਕਚਹਿਰੀ ਲੱਗਦੀ ਕਚਹਿਰੀ ਅੱਛਾ ਇਹਦਾ ਤਾਂ ਉਹੀ ਬਾਗਲ ਬਣਾ ਗਿਆ ਕਿਹੜਾ ਮਾਹੌਲ ਲੱਗਿਆ ਅਫਸਰ ਤਾਂ ਹੈਗਾ ਹੀ ਤਾਂ ਵੀ ਪੋਈ ਹੈ ਬਵਾਂਦੀ ਨਾ ਕੋਈ ਤੈਨੂੰ ਮੱਤ ਆ ਜੂਗੇ ਅਫਸਰਾਂ ਦੇਖ ਕੇ ਮੈਂ ਤਾਂ ਐਡੀ ਵੱਡੀ ਦੇਖ ਲਓ ਟੀਚਰ ਦਾ ਕੋਰਸ ਕਰੀ ਜਾਂਦੀ ਹੈਗੀ ਨੀ ਚੱਲ ਚੰਗਾ ਤੂੰ ਵੱਡੀ ਬਣੀ ਰਹਿੰਦੀ ਸਾਰਾ ਦਿਨ ਆਪਦੀਆਂ ਗੱਲਾਂ ਨਾਲ ਤਾਂ ਹੋਰ ਹੋਰ ਨਾ ਕਿਸ ਨੇ ਗੱਲਾਂ ਚ ਪੈ ਚੜ ਕੇ ਆਈ ਐਵੀਂ ਮੈਨੂੰ 2 ਮਿੰਟ ਪੜ ਲੈਣ ਦੇ ਤੇਰੇ ਕੋਲ ਤਾਂ ਆਹੀ ਗੱਲਾਂ ਨਵਾਂ ਇਹ ਪੜਨਾ ਪਰੇ ਜਾ ਕੇ ਠੀਕ ਆ ਅਰੇ ਅਰੇ ਏਸੀਆ ਕਮਰਾ ਦੇਤਾ ਮੈਂ ਬੋਲੇ ਵਾਰ ਜਾ ਤੂੰ ਮੈਨੂੰ ਬਿਨਾ ਪੁੱਛੇ ਕਾ ਤਾਂ ਦੇਤਾ ਮੈਨੂੰ ਤਾਂ ਪੁੱਛ ਲੈਂਦੀ ਵੀ ਕਿੰਨੇ ਚ ਦਿੱਤਾ ਕੀ ਕਿਹੜਾ ਦੇਣਾ ਕਮਰਾ ਨੇ ਹੁਣ 7000 ਚ ਦੇਤਾ ਬਹੁਤ ਪੈਸੇ ਹੋ ਗਏ 7000 ਚ ਮੰਨ ਗਈ ਆ ਚਲ ਠੀਕ ਆ ਫਿਰ ਤਾਂ ਠੀਕ ਆ ਬੇਬੇ ਨੇ ਸੱਤ ਆ ਜਾਂਦਾ ਆ ਮੁੰਡਾ ਗੱਲ ਕਰ ਬੇਬੇ ਐ ਆ ਆਪਾਂ ਏਸੀ ਵਾਲਾ ਕਮਰਾ ਤਾਂ ਦੇਤਾ ਤੇ ਆਪਾਂ ਤਾਂ ਗਰਮੀ ਚ ਮਰ ਜਾ ਕਰਾਂਗੇ ਇੱਥੇ ਨਹੀਂ ਕੋਈ ਅੱਗੇ ਪੱਖਾ ਫਿਰ ਨਹੀਂ ਪੈਂਦੇ ਲੋਕ ਉੱਥੇ ਪੈ ਜਾਣਗੇ ਚਲ ਠੀਕ ਆ ਬੇਬੇ ਜਿਵੇਂ ਤੂੰ ਕਹੇਂਗੀ ਫਿਰ ਉਵੇਂ ਮਗਰ ਆਹੋ ਚਲ ਤੂੰ ਚੰਗਾ ਮੈਂ ਤਾਂ ਪੜਦੀ ਆ ਜਾ ਕੇ ਤੂੰ ਆਰਾਮ ਕਰ ਲੈ ਇੱਥੇ ਪਿੰਡ ਜਬਾ ਇਹ ਦਫਾ ਹੋ ਨਾ ਇਹ ਕੁੜੀ ਉਦੋਂ ਨਹੀਂ ਮਾਣ ਹੈਗੀ ਦੁੱਖ ਪੜ ਕੇ ਇਹੀ ਨਹੀਂ ਮੈਨੂੰ ਤਾਂ ਮੂੰਹ ਬੋਲਦੀ ਪੈਨੀ ਆ ਮੈਂ ਤਾਂ ਇਹ ਦੁਕਾ ਮਲੀ ਜੰਮਦੀ ਕਿੱਥੋਂ ਡਾਕਟਰ ਸਾਹਿਬ ਦੇਖੋ ਏਸੀ ਕੀ ਮਾਨ ਮੋਜ ਮਾਨਤੇ ਹੋ ਨਾ ਹੋਰ ਏਸੀ ਦੀ ਤਾਂ ਆਮਦਾਰੀ ਹੈਗੀ ਹੈ ਕਿੱਥੇ ਤਾਂ ਆਪਾਂ ਦੇ ਲਾਉ ਨਹੀਂ ਕਰਾਈ ਤੇ ਕਮਰਾ ਮਿਲਦਾ ਸੀ ਹੈ ਕਿੱਥੇ ਆਪਾਂ ਦੇ ਲਈ ਏਸੀ ਵਾਲਾ ਪਿੰਡਾਂ ਵਾਲੇ ਲੋਕ ਨਾ ਬੜੇ ਪੋਲੇ ਪਾਲੇ ਲੋਕ ਹੁੰਦੇ ਨੇ ਬੇਬੇ ਬਹੁਤ ਚੰਗੀ ਹੈ ਬੇਬੇ ਦਾ ਸੁਭਾਅ ਬਹੁਤ ਵਧੀਆ ਲੱਗਦਾ ਮੈਨੂੰ ਲੈ ਸਾਰਾ 7000 ਰੁਪਇਆ ਦੇ ਮੈਂ ਹਾਂ ਬਿੱਲ ਵੀ ਨਹੀਂ ਪੇ ਕਰਦਾ ਚਲੋ ਮੈਂ ਤਾਂ ਪਹਿਲਾਂ 5000 ਚ ਗੱਲ ਕੀਤੀ ਸੀ ਫਿਰ ਏਸੀ ਦਾ ਕਰਕੇ ਚਲੋ ਉਹ ਤਾਂ ਬੇਬੇ ਦਾ ਫਰਜ਼ ਬਣਦਾ ਸੀ ਚਲ ਵਿਚਾਰੀਆਂ ਕੱਲੀਆਂ ਬੁੜੀਆਂ ਬੁੜੀਆਂ ਐ ਇਹਨਾਂ ਨੇ ਕਿਹੜਾ ਕੋਈ ਬੰਦਾ ਕਮਾਈ ਵਾਲਾ ਨਹੀਂ ਬਿਲ ਵੀ ਬੇਬੇ ਪੇ ਕਰੇਗੀ ਆਪਾਂ ਨੂੰ ਕੀ ਐ ਤੁਸੀਂ ਕਰੀਏ ਬੇਬੇ ਨਾਲ ਗੱਲ ਸਾਰੀ ਗੱਲਬਾਤ ਕਰੀਏ ਮੈਂ ਨਹੀਂ ਮੈਂ ਤਾਂ ਉਹਦੋਂ ਬਾਗੀ ਸੀਗੀ ਮੈਨੂੰ ਨਹੀਂ ਪਤਾ ਤੁਹਾਡੀ ਕੀ ਗੱਲ ਹੋਈ ਐ ਚਲੋ ਤਾਂ ਤੁਹਾਡੇ ਚ ਗੱਲ ਹੋਈ ਐ ਜਿਵੇਂ ਤੁਸੀਂ ਕਰੀਏ ਬੇਬੇ ਨਾਲ ਠੀਕ ਐ ਚਲੋ ਆਪਾਂ ਆਰਾਮਦਾਰੀ ਕਰਾਂਗੇ ਵਧੀਆ ਨਹੀਂ ਬੇਬੇ ਉਹ ਇਹ ਤਰਸ ਜਾਉਂਦਾ ਵਿਚਾਰੇ ਹਨਾ ਵੀ ਉਹ ਏਸੀ ਤੋਂ ਬਿਨਾ ਬਾਹਰ ਪੱਖੇ ਕੋਲੇ ਪੈਣੀ ਐ ਨਹੀਂ ਉਹ ਤਾਂ ਪੈਣੀ ਐ ਜੋ ਗੱਲ ਕਰੀਏ ਬੇਬੇ ਬੜੀ ਭੋਲੀ ਪਾਲੀ ਬੇਬੇ ਕੀ ਬੇਟੀ ਬੜੀ ਚਲਾਕ ਐ ਗਗਨਦੀਪ ਬੇਬੇ ਦੀ ਬੇਟੀ ਤਾਂ ਹੈਗੀ ਐ ਚਲਾਕ ਪਤਾ ਮੈਨੂੰ ਉਹ ਤਾਂ ਮਜ਼ਾਕ ਬਣਾਉਂਦੀ ਐ ਗੱਲਾਂ ਹਰੇਕ ਦਾ ਉਹ ਤਾਂ ਮੇਰੇ ਆਉਂਦੀ ਦੀ ਗੱਲ ਪੈਗੀ ਸੀ ਜਦੋਂ ਆਈਆਂ ਮੈਂ ਉਹਦਾ ਦੇਖ ਲਿਆ ਨਾ ਹਾਂ ਗੱਲਾਂ ਬਾਤਾਂ ਪਤਾ ਲੱਗਿਆ ਮੈਂ ਉਹ ਜੇ ਬੇਬੇ ਨੇ ਗੱਲਾਂ ਕਰੀਆਂ ਮੇਰੇ ਨਾਲ ਆ ਕੇ ਬੇਬੇ ਮੈਨੂੰ ਕਹਿੰਦੀ ਕੋਈ ਗੱਲ ਨਹੀਂ ਕਹਿੰਦੀ ਉਹਦਾ ਸਵਾਈ ਇਹ ਜਿਹਾ ਥੋੜਾ ਜਿਹਾ ਨਹੀਂ ਬੇਬੇ ਬਹੁਤ ਭੋਲੀ ਐ ਬੇਬੇ ਤਾਂ ਜੇ ਭੋਲੀ ਐ ਤਾਂ ਹੀ ਆਪਾਂ ਨੂੰ 7000 ਚ ਏਸੀ ਵਾਲਾ ਰੂਮ ਕਿਤਨਾ ਹਾਂ ਏਸੀ ਵਾਲਾ ਰੂਮ ਤਾਂ ਕੋਈ 10000 ਚ ਵੀ ਨਹੀਂ ਨਾ ਜੇ ਆਪਾਂ 10000 ਰੁਪਇਆ ਦੇ ਦਈਏ ਤੂੰ ਦੱਸ ਕੀ ਬਾਤ ਹਾਂ 15 ਚ ਵੀ ਨਹੀਂ ਦਿੰਦਾ ਕੋਈ ਆਓ ਨਹੀਂ ਪਿੰਡਾਂ ਵਾਲੇ ਤਾਂ 10000 ਬਹੁਤ ਮੰਨਦੇ 10000 ਨੂੰ ਤਾਂ ਉਹਨਾਂ ਨੂੰ ਐ ਲੱਗਦਾ ਵੀ ਸਾਨੂੰ ਬਾਲੇ ਪੈਸੇ ਮਿਲ ਗਏ ਹਾਂ ਉਹ ਤਾਂ ਹਾਂ ਐਂ ਦੇਖ ਲਓ ਤੁਸੀਂ ਆਪਾਂ ਗਰਮੀ ਦੇ ਵਿੱਚ ਨਾ ਏਸੀ ਬਹੁਤ ਚਲਾਵਾਂਗੇ ਦਿਨ ਰਾਤ ਤੇ ਬਿਲ ਹੀ ਬਹੁਤ ਆ ਜਾਊਗਾ ਉਹਨਾਂ ਨੂੰ ਚਲ ਕੋਈ ਨਹੀਂ ਬਿਲ ਹੀ ਭਰਿਆ ਜਾਊ ਉਹਨਾਂ ਦਾ ਚਲ ਵਿਚਾਰੀਆਂ ਨੂੰ ਉਹਨਾਂ ਨੂੰ ਵੀ ਕਹਿ ਦਿਆ ਕਰਾਂਗੇ ਬਿੰਦ ਚਾਹ ਆਰਾਮ ਕਰ ਲਿਆ ਕਰਨਗੀਆਂ ਕੋਲ ਦੁਪਹਿਰੇ ਹਾਂ ਚਲੋ ਤਾਂ ਠੀਕ ਹੈ ਕੋਈ ਗੱਲ ਲੋਕ ਨਹੀਂ ਲਾ ਕੇ ਜਾਂਦੇ ਕਮਰੇ ਨੂੰ ਇੰਨੀ ਕਿ ਤਾਂ ਆਪਾਂ ਨੂੰ ਦਿਆ ਕਰਨੀ ਪਊ ਹਾਂ ਜੇ ਬਿਲ ਉਹਨੇ ਪੇ ਕਰਨੇ ਹਾਂ ਹੈ ਚਲੋ ਇੱਕ ਗੱਲ ਹੈਗੀ ਹੈ ਜੇ ਬਿਲ ਜ਼ਿਆਦਾ ਆ ਗਿਆ ਨਾ ਉਹਦੇ ਰੌਲਾ ਨਾ ਕਰ ਲੈਣ ਉਹ ਤਾਂ ਕੋਈ ਵੀ ਠੀਕ ਨਹੀਂ ਉਹ ਤਾਂ ਬਿਲ ਬਿਲ ਦੇਖੀ ਜਦੋਂ ਬਿਲ ਆਊਗਾ ਉਦੋਂ ਕਰਾਂਗੇ ਗੱਲ ਪਹਿਲੀ ਨਾ ਤੂੰ ਕਹਿਣ ਲੱਗ ਜੀ ਉਹ ਦੇਖਣਾ ਪੈਂਦਾ ਨਾ ਪਹਿਲਾਂ ਸੋਚਣਾ ਪੈਂਦਾ ਨਾ ਗੱਲ ਚਲ ਕੋਈ ਨਹੀਂ ਤੁਸੀਂ ਕਰੋ ਆਰਾਮ ਮੈਂ ਕਰਦੀ ਹਾਂ ਕੋਈ ਵਣਾ ਵਟਾ ਉਹਨਾਂ ਨੂੰ ਕੰਮ ਤੇ ਨਾ ਕਰਵਾ ਦਾਨੀ ਆ ਥੋੜਾ ਵੱਡਾ ਕੰਮ ਕਰਾ ਦੇ ਕਰੋ ਹਾਂ ਠੀਕ ਹੈ ਚੰਗਾ ਕਰ ਲਓ ਆਰਾਮ ਤੁਸੀਂ ਹਾਲੇ ਦੇਖ ਲਓ
7000 ਸੀ, ਕਿੰਨਾ ਵਧੀਆ ਰੂਮ ਮਿਲ ਗਿਆ। ਤੇ ਮੈਂ ਪਿਛਲੇ ਪਿੰਡ ਦੇਖਿਆ ਤੇ ਉਹ ਤਾਂ 7000 ਸਿਰਫ ਕੂਲਰ ਦਾ ਹੀ ਮੰਗੀ ਜਾਂਦੇ ਸੀ, ਆਹ ਤਾਂ ਬਹੁਤ ਵਧੀਆ ਹੋਇਆ। ਵੱਖਰੀ ਸੋਚ ਇਹਨਾਂ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੱਖਰੀ ਸੋਚ ਚੈਨਲ 'ਤੇ ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਅਸੀਂ ਨਾਮ ਬੋਲਣ ਜਾ ਰਹੇ ਹਾਂ। ਬਲਵਿੰਦਰ ਸਿੰਘ ਚਾਨਾ, ਵੀਰਪਾਲ ਕੌਰ ਚਾਨਾ, ਰਾਮਗੜੀਆ ਰਤੀਆ ਹਰਿਆਣਾ, ਕੁਲਵਿੰਦਰ ਕੌਰ ਨਾਗਰਾ, ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾੜਾ ਲੁਧਿਆਣਾ, ਕੈਲਗਰੀ ਕੈਨੇਡਾ, ਰੇਖਾ ਸ਼ਰਮਾ, ਧਰੁਵਿਕਾ ਸ਼ਰਮਾ, ਨੈਤ ਸ਼ਰਮਾ, ਮਨਮੀਤ ਸੰਧੂ ਆਸਟ੍ਰੇਲੀਆ, ਸ਼ੇਰੂ ਬਲਵੰਤ ਸਿੰਘ ਸ਼ੇਰਗਿੱਲ, ਕਰਮਜੀਤ ਕੌਰ ਸ਼ੇਰਗਿੱਲ, ਜਗਤਾਰ ਸਿੰਘ ਸ਼ੇਰਗਿੱਲ, ਸਿੱਧਵਾਂ ਬੇਟ ਜਗਰਾਓ, ਹਰਪ੍ਰੀਤ ਸਿੰਘ ਪੰਜਾਬ ਪੁਲਿਸ ਜੋਧਪੁਰ ਪਾਖਰ, ਰਵਿੰਦਰ ਕੌਰ ਗੜਸਾਣਾ ਮੰਡੀ, ਬਲਜਿੰਦਰ ਸਿੰਘ, ਆਇਸ਼ਾ ਭੁੱਲਰ, ਅਮਾਇਸ਼ਾ ਭੁੱਲਰ, ਜੁਗਰਾਜ ਭੁੱਲਰ, ਸਤਿੰਦਰਜੀਤ, ਅਮਰ ਸਿੰਘ ਪਟਿਆਲਾ, ਬਿਸ਼ਵਜੀਤ ਸਿੰਘ, ਹਰਵਿੰਦਰ ਕੌਰ ਰਾਮਾ ਮੰਡੀ ਜਲੰਧਰ, ਜੀਤ ਕੌਰ ਧੀਮਾਨ ਬਠਿੰਡਾ, ਹੈਪੀ ਜੋਸ਼ੀ, ਇੰਦਰਜੀਤ ਸਿੰਘ ਕੈਨੇਡੀਅਨ ਪਿੰਡ ਥਰਾਜ ਮੋਗਾ, ਗੁਰਦੀਪ ਸਿੰਘ ਦਿਓਂ ਨਾਮਸੋ ਦੀਪਾ, ਕੁਲਦੀਪ ਕੌਰ ਬਠਿੰਡਾ, ਪ੍ਰੋਫੈਸਰ ਹਬੀਬ ਚੌਧਰੀ ਆਫ ਲੰਡਨ UK, ਨਵਨੀਤ ਸਿੱਧੂ, ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ, ਆਤਮਾ ਸਿੰਘ, ਗੁਰਦੇਵ ਸਿੰਘ, ਸਿਮਰਨਪ੍ਰੀਤ ਕੌਰ ਫੱਲੇਵਾਲ, ਨਛੱਤਰ ਟੇਲਰ ਖਾਜੂਵਾਲਾ, ਹਰਮਨਪ੍ਰੀਤ ਕੌਰ, ਹਰਮਨਦੀਪ, ਭਗਵਾਨ ਦਾਸ, ਜਸਜੀਤ ਸ਼ਰਮਾ ਸੇਖਾ ਬਰਨਾਲਾ, ਦਰਸ਼ਨ ਸਿੰਘ ਗੜਸਾਣਾ ਮੰਡੀ, ਕੁਲਦੀਪ ਜੋਸ਼ੀ, ਹਰਵਿੰਦਰ ਦਿਓਲ, ਕਰਮਦੀਪ ਕੌਰ, ਪ੍ਰਕਾਸ਼ ਜਟਾਣਾ, ਮਨਪ੍ਰੀਤ ਕੌਰ ਆਸਟ ਘਨੌਰੀ ਕਲਾਂ, ਚਮਕੌਰ ਸਿੰਘ ਖਰੌੜ ਪਿੰਡ ਚਲੈਲਾ ਜ਼ਿਲ੍ਹਾ ਪਟਿਆਲਾ, ਨਵੀਨ ਸਤੀਜਾ, ਮਨਜਿੰਦਰ ਕੌਰ, ਰਵਿੰਦਰ ਕੁਮਾਰ ਸ਼ਰਮਾ ਜੀ, ਮੱਖਣ ਸਿੰਘ ਬੀਰੋ ਕੇ ਖੁਰਦ, ਦਵਿੰਦਰ ਸਿੰਘ ਖੰਨਾ। ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਣ ਮੰਨਿਓ ਰਹਿ ਗਏ, ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ। ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਅ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।